ਨਮਸਕਾਰ, ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਦਾ ਸਭ ਤੋਂ ਭਰੋਸੇਮੰਦ ਨਿਊਜ਼ ਚੈਨਲ ਇੰਡੀਆ ਨਿਊਜ਼ ਪੰਜਾਬ। ਅਤੇ ਅੱਜ ਮੁੱਦੇ ਦੇ ਵਿੱਚ ਗੱਲ ਕਰਾਂਗੇ ਤਿਉਹਾਰਾਂ ਦੇ ਵੇਲੇ ਅਕਸਰ ਜੋ ਖਬਰਾਂ ਆਉਂਦੀਆਂ ਨੇ ਅਤੇ ਹੁਣ ਆਉਣੀ ਸ਼ੁਰੂ ਹੋ ਗਈਆਂ ਨੇ, ਯਾਨੀ ਨਕਲੀ ਮਿਠਾਈਆਂ ਦੀ, ਨਕਲੀ ਤੇਲਾਂ ਦੀ, ਨਕਲੀ ਮਿਠਾਈਆਂ, ਨਕਲੀ ਤੇਲ, ਨਕਲੀ ਘਿਓ ਅਤੇ ਨਕਲੀ ਖੋਇਆ, ਇਹ ਸਾਰੀਆਂ ਚੀਜ਼ਾਂ ਇਹਨਾਂ ਦਿਨਾਂ ਦੇ ਵਿੱਚ ਲਗਾਤਾਰ ਵੱਧ ਜਾਂਦੀਆਂ ਨੇ। ਅਤੇ ਅਕਸਰ ਤੁਹਾਨੂੰ ਇਹ ਰਿਪੋਰਟ ਮਿਲਦੀ ਹੈ ਕਿ ਫਲਾਣਾ ਸਾਡਾ ਰਿਸ਼ਤੇਦਾਰ ਬਿਮਾਰ ਪੈ ਗਿਆ ਕਿਉਂਕਿ ਅਜਿਹਾ ਹੋਇਆ। ਪਰ ਸਵਾਲ ਇਹ ਖੜ੍ਹਾ ਹੋ ਰਿਹਾ ਕਿ ਹੁਣ ਜੇ ਤਿਉਹਾਰਾਂ ਦਾ ਮੌਕਾ ਹੈ ਤਾਂ ਹੁਣ ਸਿਹਤ ਵਿਭਾਗ ਕਿੱਥੇ ਹੈਗਾ? ਕਿਹਾ ਇਹ ਜਾਂਦਾ ਕਿ ਸਿਹਤ ਵਿਭਾਗ ਜਿਹੜਾ ਸਮੇਂ ਸਿਰ ਛਾਪੇਮਾਰੀ ਕਰਦਾ, ਪਰ ਇਹਨਾਂ ਦੀ ਨਹੀਂ ਸਿਹਤ ਵਿਭਾਗ ਦਿਖਾਈ ਦੇ ਨਹੀਂ ਰਿਹਾ। ਕਿਉਂਕਿ ਇੱਕ ਤੋਂ ਬਾਅਦ ਇੱਕ ਹੁਣ ਜਿਹੜੇ ਮਾਮਲੇ ਆ ਰਹੇ ਨੇ, ਨਕਲੀ ਘਿਓ ਫੜਿਆ ਜਾ ਰਿਹਾ, ਨਕਲੀ ਮਿਠਾਈਆਂ ਦੀ ਗੱਲਾਂ ਸਾਹਮਣੇ ਆ ਰਹੀਆਂ ਨੇ। ਤਿਉਹਾਰ ਦਾ ਵੇਲਾ, ਸ਼ੁਭ ਵੇਲਾ, ਤੁਸੀਂ ਆਪਣੇ ਘਰਾਂ ਵਿੱਚ ਮਿਠਾਈਆਂ ਲੈ ਕੇ ਜਾਣੀ ਹੈ, ਪਰ ਤੁਹਾਨੂੰ ਨਹੀਂ ਪਤਾ ਕਿਹੜੀ ਮਿਠਾਈ ਸਹੀ ਹੈ, ਕਿਹੜੇ ਘਿਓ ਦੇ ਵਿੱਚ ਜਿਹੜੀ ਇਹ ਮਿਠਾਈ ਬਣਾਈ ਗਈ ਹੈ, ਕਿਸ ਖੋਏ ਦਾ ਇਸਤੇਮਾਲ ਕੀਤਾ ਗਿਆ, ਕਿ ਉਹ ਸਿੰਥੈਟਿਕ ਖੋਇਆ ਹੈਗਾ, ਤੁਹਾਡੀ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ, ਕੁਛ ਚੰਦ ਰੁਪਈਆਂ ਨੂੰ ਕਮਾਉਣ ਦੇ ਲਈ ਇਹ ਮਿਠਾਈ ਬਣਾਉਣ ਵਾਲੇ ਜਾਂ ਦੂਸਰੇ ਲੋਕ ਜਿਹੜੇ ਨੇ ਉਹ ਤੁਹਾਡੀਆਂ ਜਾਨਾਂ ਦਾ ਸੌਦਾ ਕਰ ਰਹੇ ਨੇ। ਸਿੱਧੀ ਜ਼ਹਿਰੀਲੀਆਂ ਦਵਾਈਆਂ ਤੁਹਾਨੂੰ ਪਾ ਕੇ ਉਹਨਾਂ ਕੈਮੀਕਲਸ ਵਾਲੇ ਖੋਏ ਦੇ ਵਿੱਚ ਤੁਹਾਨੂੰ ਪਰੋਸ ਰਹੇ ਨੇ। ਕਈ ਸਾਰੇ ਸਵਾਲ ਖੜ੍ਹੇ ਹੁੰਦੇ ਨੇ ਕਿਉਂਕਿ ਤੁਹਾਡੀ ਸਿਹਤ ਦਾ ਵੀ ਧਿਆਨ ਰੱਖਣਾ ਜ਼ਰੂਰੀ ਬਣ ਜਾਂਦਾ, ਅਤੇ ਇਸ ਲਈ ਅੱਜ ਇਸੇ ਮੁੱਦੇ ਨੂੰ ਚੁੱਕ ਰਹੇ ਹਾਂ। ਅਤੇ ਸਵਾਲ ਇਹੀ ਖੜ੍ਹਾ ਹੁੰਦਾ ਕਿ ਆਖਿਰ ਕਿਉਂ ਵੱਧ ਰਿਹਾ ਨਕਲੀ ਮਿਠਾਈਆਂ ਦਾ ਇਹ ਗੋਰਖ ਧੰਦਾ, ਅਤੇ ਤਿਉਹਾਰਾਂ ਦੇ ਵੇਲੇ ਨਕਲੀ ਘਿਓ ਦੀ ਪਛਾਣ ਕਿਵੇਂ ਕੀਤੀ ਜਾਏ ਅਤੇ ਕੌਣ ਕਰੇਗਾ? ਸਵਾਲ ਇਹ ਕਿ ਤਿਉਹਾਰਾਂ ਦੇ ਵੇਲੇ ਹੀ ਜੇ ਸਿਹਤ ਵਿਭਾਗ ਹਰਕਤ 'ਚ ਆਉਂਦਾ, ਪਰ ਅਜੇ ਤੱਕ ਉਹ ਆਇਆ ਨਹੀਂ, ਦਿਖਾਈ ਦਿੱਤਾ ਨਹੀਂ ਫੀਲਡ ਦੇ ਉੱਪਰ, ਅਤੇ ਖਬਰਾਂ ਆਉਣੀ ਸ਼ੁਰੂ ਹੋ ਗਈਆਂ ਕਿਉਂਕਿ ਤਿਉਹਾਰ 10-12 ਦਿਨ ਨੂੰ ਸਾਰੇ ਆਏ ਪਏ ਨੇ। ਜ਼ਹਿਰੀਲੀ ਮਿਠਾਈਆਂ 'ਤੇ ਆਖਿਰ ਕਾਨੂੰਨ ਕੀ ਕਹਿੰਦਾ, ਕਿ ਕੋਈ ਕਾਨੂੰਨ ਦੇ ਗ੍ਰਿਫਤ ਦੇ ਵਿੱਚੋਂ ਇਹ ਸਾਰੇ ਬਚ ਜਾਂਦੇ ਨੇ? ਸੈਂਪਲ ਭਰ ਲਿੱਤੇ ਗਏ ਜੀ, ਸੈਂਪਲ ਲੈ ਲਿੱਤੇ ਗਏ ਨੇ ਜੀ, ਸੈਂਪਲ ਜਿਹੜੇ ਹੈ ਲੈਬੋਰਟਰੀ 'ਚ ਭੇਜ ਦਿੱਤੇ ਗਏ ਹੈ, ਪਰ ਤੁਸੀਂ ਉਸ ਤੋਂ ਬਾਅਦ ਭੁੱਲ ਜਾਂਦੇ ਹੋ ਕਿ ਉਹਨਾਂ ਸੈਂਪਲਾਂ ਦਾ ਹੋਇਆ ਕੀ। ਅੱਜ ਤੱਕ ਕਿਸੇ ਨੂੰ ਯਾਦ ਨਹੀਂ ਹੋਏਗਾ ਕਿ ਉਹ ਸੈਂਪਲ ਜਿਹੜੇ ਸੀਗੇ ਜੋ ਸਰਕਾਰ ਨੇ ਦੱਸਿਆ, ਅਧਿਕਾਰੀਆਂ ਨੇ, ਸਿਹਤ ਵਿਭਾਗ ਨੇ, ਕਿ ਸੈਂਪਲ ਭਰੇ ਗਏ ਅਤੇ ਉਹਨਾਂ ਦੀ ਰਿਪੋਰਟਾਂ ਆਈਆਂ ਕਦੋਂ, ਕਿਸੇ ਨੂੰ ਨਹੀਂ ਪਤਾ, ਕਿਉਂਕਿ ਉਸ ਤੋਂ ਬਾਅਦ ਕੀ ਹੁੰਦਾ ਉਹ ਰੱਬ ਹੀ ਜਾਣਦਾ। ਪਰ ਅਸੀਂ ਬਿਮਾਰ ਨਹੀਂ ਪੈਣਾ ਹੈਗਾ, ਆਪਣੀ ਸਿਹਤ ਦਾ ਆਪ ਹੀ ਧਿਆਨ ਰੱਖਣਾ ਅਤੇ ਸਰਕਾਰ ਨੂੰ ਵੀ ਜਗਾਉਣਾ ਹੈਗਾ। ਅੱਜ ਇਸੇ ਦੇ ਉੱਪਰ ਚਰਚਾ ਕਰਾਂਗੇ ਅਤੇ ਇੱਕ ਰਿਪੋਰਟ ਵੇਖ ਲੈਂਦੇ ਹਾਂ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਮਿਲਾਵਟਖੋਰੀ ਦਾ ਸੀਜ਼ਨ ਵੀ ਸ਼ੁਰੂ ਹੋ ਚੁੱਕਿਆ ਹੈ। ਨਕਲੀ ਮਿਠਾਈਆਂ, ਨਕਲੀ ਮਾਵਾ ਅਤੇ ਨਕਲੀ ਘਿਓ, ਮਿਲਾਵਟਖੋਰੀ ਦਾ ਇਹ ਖੌਫਨਾਕ ਖੇਡ ਹਰ ਸਾਲ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦਾ ਹੈ। ਥੋੜ੍ਹੇ ਜਿਹੇ ਮੁਨਾਫੇ ਦੇ ਲਈ ਲੋਕਾਂ ਦੀ ਜਾਨ ਦਾਅ ਤੇ ਲਗਾਈ ਜਾਂਦੀ ਹੈ। ਤਿਉਹਾਰਾਂ ਦੇ ਸਮੇਂ ਲੋਕਾਂ ਨੂੰ ਮਿੱਠਾ ਜ਼ਹਿਰ ਦਿੱਤਾ ਜਾ ਰਿਹਾ ਹੈ ਅਤੇ ਲੋਕ ਇਸ ਤੋਂ ਖੌਫ 'ਚ ਨੇ। ਪ੍ਰਸ਼ਾਸਨ ਵੱਲੋਂ ਤਿਉਹਾਰਾਂ ਦੇ ਦੌਰਾਨ ਛਾਪੇ ਮਾਰੇ ਜਾਂਦੇ ਨੇ, ਜਿਸ ਦੌਰਾਨ ਕਦੇ ਨਕਲੀ ਖੋਇਆ ਤਾਂ ਕਦੇ ਨਕਲੀ ਘਿਓ ਦੀ ਖੇਪ ਬਰਾਮਦ ਕੀਤੀ ਜਾਂਦੀ ਹੈ। ਤਾਜ਼ਾ ਮਾਮਲਾ ਮਾਨਸਾ ਦਾ ਹੈ, ਜਿੱਥੇ ਸਿਹਤ ਵਿਭਾਗ ਵੱਲੋਂ ਵੱਡੀ ਮਾਤਰਾ 'ਚ ਨਕਲੀ ਘਿਓ ਬਰਾਮਦ ਕੀਤਾ ਗਿਆ। ਇਹ ਘਿਓ ਦੁੱਧ ਦੇ ਨਾਲ ਨਹੀਂ, ਸਗੋਂ ਰਿਫਾਈਂਡ ਤੇਲ ਅਤੇ ਕੈਮੀਕਲ ਨੂੰ ਮਿਲਾ ਕੇ ਬਣਾਇਆ ਜਾਂਦਾ ਸੀ। 4 ਵਾਰ ਸੈਂਪਲ ਲਏ ਗਏ ਅਤੇ ਹਰ ਵਾਰ ਇਹ ਘਿਓ ਸ਼ੁੱਧਤਾ ਦੀ ਪ੍ਰੀਖਿਆ 'ਚ ਫੇਲ ਸਾਬਤ ਹੋਇਆ। ਫੈਕਟਰੀ ਤੋਂ 1200 ਲੀਟਰ ਨਕਲੀ ਘਿਓ, ਡਾਲਡਾ, ਰਿਫਾਈਂਡ ਤੇਲ ਅਤੇ ਹੋਰ ਸਮਾਨ ਦੇ ਨਾਲ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਇਹਨੂੰ ਮਿਕਸ ਕਰਕੇ ਵਿੱਚ ਉੱਥੇ ਸੈਂਟ ਵੀ ਰੱਖੇ ਹੋਏ ਸੀ, ਸਿਲੰਡਰ ਸੀ, ਹੋਰ ਸਾਰਾ ਸਮਾਨ ਸੀ, ਫੈਕਟਰੀ ਦਾ ਪੈਕਿੰਗ ਮਟੀਰੀਅਲ ਸੀਗਾ, ਪੈਕਿੰਗ ਮਸ਼ੀਨਾਂ ਸੀ, ਉਹ ਸਾਰਾ ਕੁਛ ਅਸੀਂ ਕਬਜ਼ੇ 'ਚ ਲੈ ਲਿਆ। ਦੋਸ਼ੀ ਗ੍ਰਿਫਤਾਰ ਕਰ ਲਿਆ, ਇੱਕ ਦੋਸ਼ੀ ਦੀ ਤਲਾਸ਼ ਜਾਰੀ ਹੈ ਅਤੇ ਉਹਨੂੰ ਅਸੀਂ ਜਲਦੀ ਉਹ ਫੜ ਲਾਂਗੇ। ਉਧਰ ਫਾਜ਼ਿਲਕਾ ਵਿਖੇ ਸਿਹਤ ਵਿਭਾਗ ਦੀ ਛਾਪੇਮਾਰੀ ਜਾਰੀ ਹੈ। ਕਈ ਇਲਾਕਿਆਂ 'ਚ ਸੈਂਪਲ ਭਰੇ ਜਾ ਰਹੇ ਨੇ। 2 ਦਿਨਾਂ 'ਚ ਵਿਭਾਗ ਨੇ ਕਰੀਬ 2.5 ਕੁਇੰਟਲ ਦੇ ਕਰੀਬ ਨਕਲੀ ਘਿਓ ਬਰਾਮਦ ਕੀਤਾ ਹੈ। ਜਿਹੜੇ ਵੀ ਸੈਂਪਲ ਹੈਗੇ ਉਹ ਲੈਬਾਰਟਰੀ 'ਚ ਟੈਸਟ ਕਰਨ ਲਈ ਭੇਜੇ ਜਾਣਗੇ, ਜੋ ਵੀ ਉਹਦੀ ਰਿਪੋਰਟ ਆਈ ਉਹਦੇ ਮੁਤਾਬਕ ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਊ। ਮਲੇਰਕੋਟਲਾ 'ਚ ਵੀ ਵਿਭਾਗ ਐਕਸ਼ਨ ਮੋਡ 'ਚ ਨਜ਼ਰ ਆ ਰਿਹਾ।
ਮਿਠਾਈਆਂ ਬਣਾਉਣ ਵਾਲੇ ਅਤੇ ਵੇਚਣ ਵਾਲਿਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੀ ਦੁਕਾਨਾਂ ਤੋਂ ਮਿਠਾਈਆਂ ਦੇ ਸੈਂਪਲ ਭਰੇ ਜਾ ਰਹੇ ਨੇ। ਅੰਡਰ ਮਿਸ਼ਨ ਤੰਦਰੁਸਤ ਪੰਜਾਬ ਦੇ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਹੁਕਮਾਂ ਅਨੁਸਾਰ ਅਸੀਂ ਅੱਜ ਮਲੇਰਕੋਟਲੇ ਏਰੀਏ ਦੇ ਵਿੱਚ ਚੈਕਿੰਗ ਕੀਤੀ ਹੈ ਵੱਖ ਵੱਖ ਦੁਕਾਨਾਂ ਦੀ ਜੋ ਕਿ ਮਿਠਾਈ ਵੇਚਣ ਦਾ ਕੰਮ ਬਣਾਉਣ ਅਤੇ ਵੇਚਣ ਦਾ ਕੰਮ ਕਰਦੀਆਂ। ਸੈਂਪਲਾਂ ਨੂੰ ਅਸੀਂ ਚੰਡੀਗੜ੍ਹ ਲੈਬ 'ਚ ਭੇਜਾਂਗੇ, ਜੋ ਵੀ ਰਿਪੋਰਟ ਆਏਗੀ ਉਹਦੇ ਹਿਸਾਬ ਨਾਲ ਜਿਹੜੀ ਇਹ ਕਾਰਵਾਈ ਕੀਤੀ। ਮਿਲਾਵਟਖੋਰੀ ਦੇ ਕਾਲੇ ਬਾਜ਼ਾਰ 'ਚ ਅਜਿਹੇ ਲੋਕ ਤੁਹਾਡੀ ਸਿਹਤ ਦਾ ਸੌਦਾ ਕਰ ਰਹੇ ਨੇ। ਇਹ ਨਕਲੀ ਸਮਾਨ ਤੁਹਾਡੀ ਖੁਸ਼ੀਆਂ 'ਚ ਜ਼ਹਿਰ ਘੋਲ ਰਿਹਾ ਹੈ। ਇਸ ਲਈ ਲੋੜ ਹੈ ਪ੍ਰਸ਼ਾਸਨ ਦੀ ਸਖਤੀ ਦੀ ਅਤੇ ਤੁਹਾਡੇ ਸਾਵਧਾਨ ਰਹਿਣ ਦੀ। ਬਿਊਰੋ ਰਿਪੋਰਟ, ਇੰਡੀਆ ਨਿਊਜ਼ ਪੰਜਾਬ। ਸੋ ਨਕਲੀ ਘਿਓ, ਨਕਲੀ ਖੋਇਆ ਅਤੇ ਇਹ ਜ਼ਹਿਰੀਲੀ ਮਿਠਾਈਆਂ, ਆਖਿਰ ਅਜਿਹਾ ਕਿਉਂ? ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਅਜਿਹਾ ਕਿਉਂ ਹੋ ਰਿਹਾ? ਤਿਉਹਾਰਾਂ ਦਾ ਵੇਲਾ ਹੈ, ਸ਼ੁਭ ਵੇਲਾ ਆ ਰਿਹਾ ਹੈ ਅਤੇ ਇਹਨਾਂ ਦਿਨੀ ਇਹ ਗੋਰਖ ਧੰਦੇ ਨੂੰ ਕਿਉਂ ਜਿਹੜਾ ਹੈ ਵਧਾਇਆ ਜਾ ਰਿਹਾ? ਕੌਣ ਉਹ ਲੋਕ ਨੇ, ਮੁਨਾਫਾਖੋਰ ਨੇ, ਜਿਹੜੇ ਖੁਦ ਦੇ ਹਿੱਤਾਂ ਨੂੰ ਸਾਧਣ ਦੇ ਲਈ ਤੁਹਾਡੀ ਜਾਨਾਂ ਦਾ ਸੌਦਾ ਕਰ ਰਹੇ ਨੇ, ਤੁਹਾਡੀ ਜਾਨਾਂ ਦੇ ਨਾਲ ਖਿਲਵਾੜ ਕਰ ਰਹੇ ਨੇ? ਇਹ ਦੇਖ ਰਹੇ ਹੋ ਤੁਸੀਂ ਤਸਵੀਰਾਂ, ਇਹਨਾਂ ਤਸਵੀਰਾਂ ਦੇ ਵਿੱਚ ਨਕਲੀ ਘਿਓ, ਜੋ ਕਿ ਦੇਸੀ ਘਿਓ ਕਿਹਾ ਜਾ ਰਿਹਾ ਸੀਗਾ, ਬਣਾਇਆ ਰਿਫਾਈਂਡ ਨਾਲ ਸੀਗਾ, ਨਕਲੀ ਖੋਇਆ, ਨਕਲੀ ਮਿਠਾਈਆਂ ਜਿਹੜੀਆਂ ਨੇ ਮਾਰਕੀਟ 'ਚ ਹੁਣ ਸਪਲਾਈ ਕੀਤੀ ਜਾ ਰਹੀਆਂ ਨੇ, ਤਿਆਰੀਆਂ ਹੋ ਰਹੀਆਂ। ਤੁਹਾਡੇ ਆਲੇ ਦੁਆਲੇ ਕਿਤੇ ਨਾ ਕਿਤੇ ਆਸ ਪਾਸ ਅਜਿਹਾ ਕੰਮ ਜਿਹੜਾ ਹੈ ਕਿਸੇ ਨਾ ਕਿਸੇ ਨੇ ਚਾਲੂ ਕੀਤਾ ਹੋਇਆ, ਹਲਵਾਈਆਂ ਨੂੰ ਬਿਠਾਇਆ ਹੋਇਆ ਅਤੇ ਉਹਨਾਂ ਨੇ ਇਸ ਦੇ ਜ਼ਰੀਏ ਮੋਟਾ ਪੈਸਾ ਕਮਾਉਣ ਦੇ ਬਾਰੇ ਸੋਚਿਆ ਹੋਇਆ, ਪਰ ਇਸ ਦੇ ਬਦਲੇ ਲੋਕਾਂ ਦੀਆਂ ਜਾਨਾਂ ਦਾ ਸੌਦਾ ਜਿਹੜਾ ਹੈ ਕਰਨ ਦੀ ਕੋਸ਼ਿਸ਼ ਹੈ। ਤੁਸੀਂ ਆਪ ਜਿਹੜਾ ਹੈ ਸੁਚੇਤ ਹੋਣਾ, ਅਲਰਟ ਹੋਣਾ ਕਿ ਕਿਵੇਂ ਇਹਨਾਂ ਲੋਕਾਂ ਨੂੰ ਨੱਪਣਾ ਹੈਗਾ। ਸਰਕਾਰ ਦੀ ਮਦਦ ਵੀ ਕਰਨੀ ਹੈ, ਵਿਭਾਗਾਂ ਦੀ ਮਦਦ ਕਰਨੀ ਹੈ, ਸਿਹਤ ਵਿਭਾਗ ਦੀ, ਤਾਂ ਜੋ ਅਜਿਹੇ ਲੋਕ ਜਿਹੜੇ ਅਜਿਹੇ ਮਨਸੂਬੇ ਘੜ ਕੇ ਬੈਠੇ ਹੋਏ ਨੇ ਉਹਨਾਂ ਦੇ ਉੱਪਰ ਜਿਹੜੀ ਹੈ ਨਕੇਲ ਪਾਈ ਜਾ ਸਕੇ। ਇਹ ਜ਼ਹਿਰ ਜਿਹੜਾ ਮਾਰਕੀਟ ਦੇ ਵਿੱਚ ਆਉਣਾ ਨਹੀਂ ਚਾਹੀਦਾ। ਛੋਟੇ ਛੋਟੇ ਬੱਚੇ, ਬਜ਼ੁਰਗ, ਵੱਡੇ, ਇਹ ਸਾਰਿਆਂ ਨੇ ਖਾਣਾ ਹੈ। ਤਿਉਹਾਰਾਂ ਦਾ ਵੇਲਾ, ਪਾਕ ਮੁਕੱਦਸ ਤਿਉਹਾਰ ਜਿਹੜੇ ਨੇ ਸਾਡੇ ਆਉਣ ਵਾਲੇ ਨੇ, ਉਹਨਾਂ ਵੇਲਿਆਂ ਦੇ ਵਿੱਚ ਜੇ ਅਜਿਹਾ ਜ਼ਹਿਰ ਜਿਹੜਾ ਮਾਰਕੀਟ ਦੇ ਵਿੱਚ ਆਉਂਦਾ ਹੈ ਤਾਂ ਬਹੁਤ ਹੀ ਘਾਤਕ ਸਾਬਿਤ ਹੋ ਸਕਦਾ। ਸੋ ਵਪਾਰੀ ਵੱਡੇ ਹੋਣ, ਛੋਟੇ ਹੋਣ, ਹਲਵਾਈ ਕੋਈ ਵੀ ਹੋਵੇ, ਨਾਮੀ ਹਲਵਾਈ ਹੋਵੇ, ਪਰ ਜੇ ਉਹ ਤੁਹਾਡੀ ਜਾਨਾਂ ਦੇ ਨਾਲ ਖਿਲਵਾੜ ਕਰਦੇ ਨੇ, ਤੁਹਾਨੂੰ ਝੂਠ ਕਹਿੰਦੇ ਨੇ, ਝੂਠ ਦੱਸਦੇ ਨੇ ਕਿ ਫਲਾਣੀ ਮਿਠਾਈ ਜਿਹੜੀ ਦੇਸੀ ਘਿਓ ਦੀ ਹੈ ਜਾਂ ਇਸ ਦੀ ਹੈ ਅਤੇ ਉਸਦੇ ਵਿੱਚ ਰੱਜ ਕੇ ਮਿਲਾਵਟ ਕਰਦੇ ਹੈ, ਗਲਤ ਜਿਹੜੇ ਪਦਾਰਥਾਂ ਦਾ ਇਸਤੇਮਾਲ ਕਰਦੇ ਹੈ, ਤਾਂ ਉਹ ਕਾਨੂੰਨ ਜੁਰਮ ਕਰ ਰਹੇ ਹੈ, ਗੁਨਾਹ ਕਰ ਰਹੇ ਹੈ ਅਤੇ ਇਸਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ, ਪਰ ਉਸ ਤੋਂ ਪਹਿਲਾਂ ਉਹਨਾਂ ਦਾ ਫੜਿਆ ਜਾਣਾ ਜ਼ਰੂਰੀ ਹੈ ਅਤੇ ਉਸਦੇ ਲਈ ਤੁਹਾਡਾ ਸੁਚੇਤ ਹੋਣਾ ਜ਼ਰੂਰੀ ਹੈ ਤਾਂ ਜੋ ਇਸ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਸਕੇ। ਸਰਕਾਰ ਹਰ ਥਾਂ ਤਾਂ ਨਹੀਂ ਪਹੁੰਚ ਸਕਦੀ, ਪਰ ਜੇ ਅਸੀਂ ਸਾਰੇ ਅਲਰਟ ਹੋਵਾਂਗੇ ਤਾਂ ਕਾਫੀ ਹੱਦ ਤੱਕ ਇਸ ਕੰਮ ਨੂੰ ਨਪਿਆ ਜਾ ਸਕਦਾ। ਸੋ ਨਕਲੀ ਮਿਠਾਈਆਂ ਦਾ ਗੋਰਖ ਧੰਦਾ ਜਿਹੜਾ ਹੈ ਕਿਉਂ ਵੱਧ ਰਿਹਾ? ਤਿਉਹਾਰਾਂ ਦੇ ਵੇਲੇ ਨਕਲੀ ਘਿਓ ਦੀ ਪਛਾਣ ਕਿਵੇਂ ਕੀਤੀ ਜਾਏ? ਤੁਸੀਂ ਕਿਵੇਂ ਕਰੋਗੇ? ਕਿਵੇਂ ਤੁਹਾਨੂੰ ਪਤਾ ਚੱਲੇਗਾ ਇਹ ਮਿਠਾਈ ਜਿਹੜੀ ਹੈ ਕਿਹੜੇ ਘਿਓ ਦੇ ਨਾਲ ਬਣੀ ਹੈ? ਜੋ ਤੁਸੀਂ ਪਰਿਵਾਰਾਂ ਦੇ ਵਿੱਚ ਲਿਜਾਣੀ ਹੈ, ਤੁਸੀਂ ਰੱਬ ਦੇ ਸਾਹਮਣੇ ਰੱਖਣੀ ਹੈ, ਮੰਦਰਾਂ 'ਚ ਦੇਣੀ ਹੈ, ਗੁਰਦੁਆਰਿਆਂ 'ਚ ਲਿਜਾਣੀ ਹੈ, ਭੋਗ ਲਗਵਾਉਣਾ ਹੈ,
ਅਤੇ ਉਹ ਮਿਠਾਈਆਂ ਜਿਹੜੀਆਂ ਤੁਸੀਂ ਵਿਸ਼ਵਾਸ ਕਰ ਰਹੇ ਹੋ ਕਿ ਇਹ ਦੇਸੀ ਘਿਓ ਦੀਆਂ ਜਾਂ ਦੂਸਰੀਆਂ ਹੈ, ਪਰ ਉਹ ਸਭ ਸਟੈਂਡਰਡ ਮਟੀਰੀਅਲ ਦੇ ਨਾਲ ਬਣੀਆਂ ਹੋਣ ਅਤੇ ਕਿਸ ਤਰੀਕੇ ਦੇ ਨਾਲ ਤੁਹਾਡੇ ਲਈ ਉਹ ਘਾਤਕ ਸਾਬਿਤ ਹੋਣਗੀਆਂ, ਸਾਡੇ ਸਾਰੇ ਸਮਾਜ ਦੇ ਲਈ, ਛੋਟੇ ਛੋਟੇ ਬੱਚਿਆਂ ਦੇ ਲਈ, ਵੱਡਿਆਂ ਦੇ ਲਈ, ਆਖਿਰ ਕਿਸ ਤਰੀਕੇ ਦੇ ਨਾਲ ਪਛਾਣ ਕੀਤੀ ਜਾਏ? ਕਿਉਂਕਿ ਹੁਣ ਵੇਲਾ ਆ ਗਿਆ ਜਦੋਂ ਤੁਹਾਨੂੰ ਖੁਦ ਨੂੰ ਹੀ ਅਲਰਟ ਹੋਣਾ ਪੈਣਾ ਹੈ, ਸਰਕਾਰਾਂ ਦੀ ਵੀ ਮਦਦ ਕਰਨੀ ਪੈਣੀ ਹੈ, ਪਰ ਸਰਕਾਰੀ ਵਿਭਾਗ ਜੇ ਸੁੱਤੇ ਹੋਏ ਨੇ ਉਹਨਾਂ ਨੂੰ ਜਗਾਉਣਾ ਵੀ ਪੈਣਾ ਹੈ, ਅਤੇ ਉਹੀ ਕੰਮ ਅੱਜ ਆਪਾਂ ਕਰਨ ਲੱਗੇ ਹਾਂ। ਮੁੱਦੇ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਤੁਹਾਡੀ ਜਾਨਾਂ ਦੇ ਨਾਲ ਜੁੜਿਆ ਹੋਇਆ ਕਿ ਆਖਿਰ ਕਿੰਝ ਜੋ ਹੈ ਇਹ ਨਕਲੀ ਮਿਠਾਈਆਂ, ਨਕਲੀ ਘਿਓ, ਨਕਲੀ ਖੋਇਆ ਮਾਰਕੀਟ ਦੇ ਵਿੱਚ ਸਰਕੂਲੇਟ ਹੋ ਰਿਹਾ, ਇਸ ਨੂੰ ਕਿਵੇਂ ਰੋਕਣਾ ਹੈ, ਅਤੇ ਜੋ ਲੋਕ ਅਜਿਹੇ ਮਾੜੇ ਕੰਮ ਕਰ ਰਹੇ ਨੇ ਕਿਵੇਂ ਉਹਨਾਂ ਨੂੰ ਡੱਕਣਾ ਹੈ, ਇਹ ਸਾਰੇ ਸਵਾਲ ਜਿਹੜੇ ਅੱਜ ਤਾਂ ਖੜ੍ਹੇ ਹੁੰਦੇ ਹੈ ਕਿਉਂਕਿ ਤਿਉਹਾਰਾਂ ਦਾ ਵੇਲਾ ਆ ਗਿਆ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਮਿਲਾਵਟਖੋਰੀ ਦਾ ਸੀਜ਼ਨ ਵੀ ਸ਼ੁਰੂ ਹੋ ਚੁੱਕਿਆ ਹੈ। ਨਕਲੀ ਮਿਠਾਈਆਂ, ਨਕਲੀ ਮਾਵਾ ਅਤੇ ਨਕਲੀ ਘਿਓ, ਮਿਲਾਵਟਖੋਰੀ ਦਾ ਇਹ ਖੌਫਨਾਕ ਖੇਡ ਹਰ ਸਾਲ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦਾ ਹੈ। ਥੋੜੇ ਜਿਹੇ ਮੁਨਾਫੇ ਦੇ ਲਈ ਲੋਕਾਂ ਦੀ ਜਾਨ ਦਾਅ ਤੇ ਲਗਾਈ ਜਾਂਦੀ ਹੈ। ਤਿਉਹਾਰਾਂ ਦੇ ਸਮੇਂ ਲੋਕਾਂ ਨੂੰ ਮਿੱਠਾ ਜ਼ਹਿਰ ਦਿੱਤਾ ਜਾ ਰਿਹਾ ਅਤੇ ਲੋਕ ਇਸ ਤੋਂ ਖੌਫ 'ਚ ਨੇ। ਪ੍ਰਸ਼ਾਸਨ ਵੱਲੋਂ ਤਿਉਹਾਰਾਂ ਦੇ ਦੌਰਾਨ ਛਾਪੇ ਮਾਰੇ ਜਾਂਦੇ ਨੇ, ਜਿਸ ਦੌਰਾਨ ਕਦੇ ਨਕਲੀ ਖੋਇਆ ਤਾਂ ਕਦੇ ਨਕਲੀ ਘਿਓ ਦੀ ਖੇਪ ਬਰਾਮਦ ਕੀਤੀ ਜਾਂਦੀ ਹੈ। ਤਾਜ਼ਾ ਮਾਮਲਾ ਮਾਨਸਾ ਦਾ ਹੈ, ਜਿੱਥੇ ਸਿਹਤ ਵਿਭਾਗ ਵੱਲੋਂ ਵੱਡੀ ਮਾਤਰਾ 'ਚ ਨਕਲੀ ਘਿਓ ਬਰਾਮਦ ਕੀਤਾ ਗਿਆ। ਇਹ ਘਿਓ ਦੁੱਧ ਦੇ ਨਾਲ ਨਹੀਂ, ਸਗੋਂ ਰਿਫਾਈਂਡ ਤੇਲ ਅਤੇ ਕੈਮੀਕਲ ਨੂੰ ਮਿਲਾ ਕੇ ਬਣਾਇਆ ਜਾਂਦਾ ਸੀ। 4 ਵਾਰ ਸੈਂਪਲ ਲਏ ਗਏ ਅਤੇ ਹਰ ਵਾਰ ਇਹ ਘਿਓ ਸ਼ੁੱਧਤਾ ਦੀ ਪ੍ਰੀਖਿਆ 'ਚ ਫੇਲ ਸਾਬਤ ਹੋਇਆ। ਫੈਕਟਰੀ ਤੋਂ 1200 ਲੀਟਰ ਨਕਲੀ ਘਿਓ, ਡਾਲਡਾ, ਰਿਫਾਈਂਡ ਤੇਲ ਅਤੇ ਹੋਰ ਸਮਾਨ ਦੇ ਨਾਲ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਇਹਨੂੰ ਮਿਕਸ ਕਰਕੇ ਵਿੱਚ ਉੱਥੇ ਸੈਂਟ ਵੀ ਰੱਖੇ ਹੋਏ ਸੀ, ਸਿਲੰਡਰ ਸੀ, ਹੋਰ ਸਾਰਾ ਸਮਾਨ ਸੀ ਫੈਕਟਰੀ ਦਾ, ਪੈਕਿੰਗ ਮਟੀਰੀਅਲ ਸੀਗਾ, ਪੈਕਿੰਗ ਮਸ਼ੀਨਾਂ ਸੀ, ਉਹ ਸਾਰਾ ਕੁਛ ਅਸੀਂ ਕਬਜ਼ੇ 'ਚ ਲੈ ਲਿਆ। ਦੋਸ਼ੀ ਗ੍ਰਿਫਤਾਰ ਕਰ ਲਿਆ, ਇੱਕ ਦੋਸ਼ੀ ਦੀ ਤਲਾਸ਼ ਜਾਰੀ ਹੈ ਅਤੇ ਉਹਨੂੰ ਅਸੀਂ ਜਲਦੀ ਉਹ ਫੜ ਲਾਂਗੇ। ਉੱਧਰ ਫਾਜ਼ਿਲਕਾ ਵਿਖੇ ਸਿਹਤ ਵਿਭਾਗ ਦੀ ਛਾਪੇਮਾਰੀ ਜਾਰੀ ਹੈ। ਕਈ ਇਲਾਕਿਆਂ 'ਚ ਸੈਂਪਲ ਭਰੇ ਜਾ ਰਹੇ ਨੇ। 2 ਦਿਨਾਂ 'ਚ ਵਿਭਾਗ ਨੇ ਕਰੀਬ 2.5 ਕੁਇੰਟਲ ਦੇ ਕਰੀਬ ਨਕਲੀ ਘਿਓ ਬਰਾਮਦ ਕੀਤਾ ਹੈ। ਜਿਹੜੇ ਵੀ ਸੈਂਪਲ ਹੈਗੇ ਉਹ ਲੈਬਾਰਟਰੀ 'ਚ ਟੈਸਟ ਕਰਨ ਲਈ ਭੇਜੇ ਜਾਣਗੇ, ਜੋ ਵੀ ਉਹਦੀ ਰਿਪੋਰਟ ਆਈ ਉਹਦੇ ਮੁਤਾਬਕ ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਊ। ਮਲੇਰਕੋਟਲਾ 'ਚ ਵੀ ਵਿਭਾਗ ਐਕਸ਼ਨ ਮੋਡ 'ਚ ਨਜ਼ਰ ਆ ਰਿਹਾ। ਮਿਠਾਈਆਂ ਬਣਾਉਣ ਵਾਲੇ ਅਤੇ ਵੇਚਣ ਵਾਲਿਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੀ ਦੁਕਾਨਾਂ ਤੋਂ ਮਿਠਾਈਆਂ ਦੇ ਸੈਂਪਲ ਭਰੇ ਜਾ ਰਹੇ ਨੇ। ਅੰਡਰ ਮਿਸ਼ਨ ਤੰਦਰੁਸਤ ਪੰਜਾਬ ਦੇ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਹੁਕਮਾਂ ਅਨੁਸਾਰ ਅਸੀਂ ਅੱਜ ਮਲੇਰਕੋਟਲੇ ਏਰੀਏ ਦੇ ਵਿੱਚ ਚੈਕਿੰਗ ਕੀਤੀ ਹੈ ਵੱਖ ਵੱਖ ਦੁਕਾਨਾਂ ਦੀ, ਜੋ ਕਿ ਮਿਠਾਈ ਵੇਚਣ ਦਾ ਕੰਮ, ਬਣਾਉਣ ਅਤੇ ਵੇਚਣ ਦਾ ਕੰਮ ਕਰਦੀਆਂ। ਸੈਂਪਲਾਂ ਨੂੰ ਅਸੀਂ ਚੰਡੀਗੜ੍ਹ ਲੈਬ 'ਚ ਭੇਜਾਂਗੇ, ਜੋ ਵੀ ਰਿਪੋਰਟ ਆਏਗੀ ਉਹਦੇ ਹਿਸਾਬ ਨਾਲ ਜਿਹੜੀ ਇਹ ਕਾਰਵਾਈ ਕੀਤੀ। ਮਿਲਾਵਟਖੋਰੀ ਦੇ ਕਾਲੇ ਬਾਜ਼ਾਰ 'ਚ ਅਜਿਹੇ ਲੋਕ ਤੁਹਾਡੀ ਸਿਹਤ ਦਾ ਸੌਦਾ ਕਰ ਰਹੇ ਨੇ। ਇਹ ਨਕਲੀ ਸਮਾਨ ਤੁਹਾਡੀ ਖੁਸ਼ੀਆਂ 'ਚ ਜ਼ਹਿਰ ਘੋਲ ਰਿਹਾ, ਇਸ ਲਈ ਲੋੜ ਹੈ ਪ੍ਰਸ਼ਾਸਨ ਦੀ ਸਖਤੀ ਦੀ ਅਤੇ ਤੁਹਾਡੇ ਸਾਵਧਾਨ ਰਹਿਣ ਦੀ। ਬਿਊਰੋ ਰਿਪੋਰਟ, ਇੰਡੀਆ ਨਿਊਜ਼ ਪੰਜਾਬ। ਸੋ ਕਿ ਮਿਠਾਈਆਂ ਦੇ ਨਾਂ 'ਤੇ ਤੁਹਾਨੂੰ ਜ਼ਹਿਰ ਪਰੋਸਿਆ ਜਾ ਰਿਹਾ, ਸਵਾਲ ਇਹ ਖੜ੍ਹਾ ਹੁੰਦਾ ਅਤੇ ਇਸੇ ਦੇ ਉੱਪਰ ਚਰਚਾ ਕਰਾਂਗੇ। ਅਤੇ ਖਾਸ ਤੌਰ 'ਤੇ ਮਹਿਮਾਨ ਸਾਡੇ ਨਾਲ ਜੁੜ ਗਏ ਨੇ ਨਰੇਸ਼ ਅਰੋੜਾ ਜੀ, ਭਾਰਤੀ ਜਨਤਾ ਪਾਰਟੀ ਸਾਡੇ ਨਾਲ ਜੁੜੇ ਨੇ, ਸ਼ਰੀਨ ਜੈਕਬ ਜੀ ਸਮਾਜ ਸੇਵੀ ਨੇ, ਜਗਮੋਹਨ ਪੱਟੀ ਜੀ ਸੀਨੀਅਰ ਲੋਇਰ ਨੇ, ਡਾਕਟਰ ਆਰ ਐੱਸ ਬੇਦੀ ਜੀ ਸਾਡੇ ਨਾਲ ਜੁੜ ਗਏ ਨੇ, ਨੀਲ ਗਰਗ ਸਾਹਿਬ ਆਮ ਆਦਮੀ ਪਾਰਟੀ ਜੁੜੇ ਨੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ।
ਕਿਉਂਕਿ ਟਾਈਮ ਅਜਿਹਾ ਆ ਗਿਆ ਤਿਉਹਾਰਾਂ ਦਾ ਅਤੇ ਇਸ ਵੇਲੇ ਜਾਣਨਾ ਲਾਜ਼ਮੀ ਬਣ ਜਾਂਦਾ ਕਿ ਕਿਸ ਤਰੀਕੇ ਦੇ ਨਾਲ ਆਪਾਂ ਆਪਣਾ ਬਚਾਅ ਕਰਨਾ, ਆਪਣੇ ਸਾਰਿਆਂ ਨੂੰ ਬਚਾਉਣਾ ਵੀ ਹੈ ਅਤੇ ਆਹ ਜਿਹੜੀ ਚੀਜ਼ ਜਿਹੜੀ ਹੈ ਇਸ ਨੂੰ ਅਸੀਂ ਰੋਕਣਾ ਵੀ ਹੈ। ਇਹ ਜਿਹੜੀ ਮਿਹਨਤ ਹੈ ਸਮਾਜ ਦੇ ਵਿੱਚ, ਨਕਲੀ ਜਿਹੜਾ ਧੰਦਾ ਹੈ, ਗੋਰਖ ਧੰਦਾ, ਨਕਲੀ ਦੁੱਧ, ਘਿਓ, ਖੋਇਆ ਅਤੇ ਇਹ ਮਿਠਾਈਆਂ ਜਿਹੜੀਆਂ ਐਟ ਲਾਸਟ ਜਿਹੜੀਆਂ ਇਹ ਬਣਦੀਆਂ ਨੇ, ਸਵਾਲ ਇਹ ਖੜ੍ਹਾ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਇਸ ਨੂੰ ਰੋਕਿਆ ਜਾਣਾ ਹੈ ਅਤੇ ਸਾਡੇ ਵਿਭਾਗ ਕਿੰਨੇ ਜਿਹੜੇ ਹੈ ਅਲਰਟ ਹੈਗੇ ਹੈ। ਨੀਲ ਗਰਗ ਸਾਹਿਬ, ਨੀਲ ਗਰਗ ਸਾਹਿਬ, ਕਿਸ ਤਰੀਕੇ ਦੇ ਨਾਲ ਦੇਖੀਏ, ਜਿੱਥੇ ਕਾਂਗਰਸ ਵਾਲੇ ਵੀ ਸਾਡੇ ਨਾਲ ਜੁੜਦੇ ਨੇ, ਉਹ ਸਰਕਾਰ ਉਹਨਾਂ ਦੀ, ਉਹਨਾਂ ਤੋਂ ਵੀ ਪੁੱਛਾਂਗੇ। ਲਗਾਤਾਰ ਮਾਮਲੇ ਆ ਰਹੇ, ਰਿਪੋਰਟ ਤੁਸੀਂ ਵੇਖੀ, ਇੱਕ ਤੋਂ ਬਾਅਦ ਇੱਕ ਮਾਮਲੇ ਪੰਜਾਬ ਤੋਂ ਆਉਣੇ ਸ਼ੁਰੂ ਹੋ ਗਏ, ਹਰ ਸਾਲ ਆਉਂਦੇ ਆ, ਪਰ ਅਸੀਂ ਕਿੰਨੇ ਅਲਰਟ ਹੁੰਦੇ ਹਾਂ ਇਹ ਵੀ ਵੱਡੀ ਗੱਲ ਹੈ, ਸਰਕਾਰਾਂ, ਸਰਕਾਰੀ ਵਿਭਾਗ ਇਹ ਕਿੰਨੇ ਅਲਰਟ ਹੁੰਦੇ ਆ। ਗੌਰਵ ਜੀ, ਸਵਾਲ ਇਹ ਹੈਗਾ ਕਿ ਸਿਰਫ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਹੀ ਆ ਕੇ ਅਸੀਂ ਇਸ ਦੀ ਗੱਲ ਕਿਉਂ ਕਰਦੇ ਹਾਂ ਕਿ ਬਾਕੀ ਦਿਨਾਂ ਦੇ ਵਿੱਚ ਜੋ ਮਟੀਰੀਅਲ ਵਿਕਦਾ ਹੈਗਾ ਉਹ ਸਹੀ ਹੈਗਾ ਜਾਂ ਉਹ ਵੀ ਇਸੇ ਤਰ੍ਹਾਂ ਦਾ ਹੈਗਾ? ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਹੂਆ ਖੜਾ ਕੀਤਾ ਜਾਂਦਾ ਹੈਗਾ ਤਿਉਹਾਰਾਂ ਦੇ ਦਿਨਾਂ ਦੇ ਵਿੱਚ, ਜਿਹੜੀ ਨਕਲੀ ਸਮਾਨ ਹੈ, ਚਾਹੇ ਉਹ ਨਕਲੀ ਦੁੱਧ ਹੈਗਾ, ਨਕਲੀ ਘਿਓ ਹੈਗਾ, ਈਵਨ ਪਿਛਲੇ ਦਿਨਾਂ ਦੇ ਵਿੱਚ ਤਾਂ ਨਕਲੀ ਜਿਹੜਾ ਨਮਕ ਵੀ ਜਿਹੜਾ ਹੈਗਾ ਉਹ ਵੀ ਫੜਿਆ ਗਿਆ ਸੀ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਹੀ ਕਿਉਂ ਆਉਂਦੀਆਂ? ਉਹ ਇਸ ਕਰਕੇ ਆਉਂਦੀਆਂ ਨੇ ਕਿ ਮੈਨੂੰ ਇਹ ਲੱਗਦਾ ਹੈ ਕਿ ਜਿਨ੍ਹਾਂ ਦੀ ਰਿਸਪੋਂਸੀਬਿਲਟੀ ਹੈਗੀ ਹੈ ਅੱਡ ਅੱਡ ਮਹਿਕਮਿਆਂ ਦੀ, ਭਾਵੇਂ ਉਹ ਜਿਹੜਾ ਹੈਗਾ ਫੂਡ ਐਂਡ ਸਪਲਾਈ ਮਹਿਕਮਾ ਹੈਗਾ ਜਾਂ ਦੂਸਰੇ ਮਹਿਕਮੇ ਨੇ, ਉਹਨਾਂ ਦਾ ਮੁੱਖ ਮਕਸਦ ਲੋਕਾਂ ਦੀ ਸਿਹਤ ਕਤਈ ਨਹੀਂ ਹੈਗਾ, ਨਾ ਇਸ ਸਰਕਾਰ ਦਾ ਹੈਗਾ ਅਤੇ ਨਾ ਇਹਨਾਂ ਮਹਿਕਮਿਆਂ ਦਾ ਹੈਗਾ। ਉਹਨਾਂ ਮਹਿਕਮਿਆਂ ਦਾ ਇੱਕੋ ਇੱਕ ਕੰਮ ਹੈਗਾ ਕਿ ਇਸ ਤਰ੍ਹਾਂ ਦੀ ਹਵਾ ਬਣਾ ਕੇ, ਇਸ ਤਰ੍ਹਾਂ ਦੀ ਨਿਊਜ਼ ਬਣਾ ਕੇ ਕਿਸ ਤਰ੍ਹਾਂ ਵੱਧ ਤੋਂ ਵੱਧ ਪੈਸੇ ਇਕੱਠੇ ਕੀਤੇ ਜਾਣ। ਤੁਸੀਂ ਮੈਨੂੰ ਇਹ ਦੱਸੋ, ਹਰ ਸਾਲ ਅਸੀਂ ਬਹੁਤ ਸਾਰਾ ਨਕਲੀ ਖੋਆ ਫੜਦੇ ਹਾਂ, ਨਕਲੀ ਘਿਓ ਫੜਦੇ ਹਾਂ, ਸਾਰਾ ਕੁਝ ਫੜਦੇ ਹਾਂ, ਕਿੰਨੇ ਕੁ ਬੰਦਿਆਂ ਨੂੰ ਸਜ਼ਾ ਹੋਈ ਹੈ ਪੰਜਾਬ ਦੇ ਵਿੱਚ? ਇਹੀ ਤਾਂ ਗੱਲ ਹੈ। ਤੁਸੀਂ ਇਹ ਡਾਟਾ, ਜਾਨੀ ਕਿ ਇਹ ਤੁਹਾਡੀ ਰਿਪੋਰਟ ਹੋਰ ਜ਼ਿਆਦਾ ਸਾਰਥਕ ਹੁੰਦੀ ਜੇਕਰ ਤੁਸੀਂ ਉਹ ਡਾਟਾ ਵੀ ਲੋਕਾਂ ਦੇ ਨਾਲ ਸ਼ੇਅਰ ਕਰਦੇ। ਇਹ ਕੁਛ ਨਹੀਂ ਹੋਣ ਵਾਲਾ, ਇਹ ਦੋ ਦਿਨਾਂ ਦੀ ਖਬਰ ਹੈਗੀ, ਜਿੱਦਾਂ ਅਖਬਾਰ 12 ਵਜੇ ਤੋਂ ਬਾਅਦ ਬਾਸੀ ਹੋ ਜਾਂਦਾ, ਉਹਨੂੰ ਕੋਈ ਦੇਖਦਾ ਨਹੀਂ। ਦੋ ਦਿਨ ਡਾਟਾ ਹੈ ਨਹੀਂ ਨਾ, ਕੁਛ ਨਹੀਂ ਹੈਗਾ ਡਾਟਾ, ਹੈ ਨਹੀਂ, ਆਪ ਚਕੰਨੇ ਹੋਣਾ। ਤੁਹਾਨੂੰ ਮੈਂ ਕਲੀਅਰ ਕਰਦਾ ਨਾ, ਡਾਟਾ ਹੈ ਨਹੀਂ, ਕਿਸੇ ਨੂੰ ਕੋਈ ਸਜ਼ਾ ਹੁੰਦੀ ਨਹੀਂ। ਸਾਰਥਕਤਾ ਅਸੀਂ ਬਣਾਉਂਦੇ ਹਾਂ ਖਬਰਾਂ, ਸਾਰਥਕ ਹੈ ਤਾਂ ਹੀ ਤਾਂ ਆਪਾਂ ਬੈਠੇ ਹਾਂ, ਪਰ ਤੁਸੀਂ ਕਹਿ ਰਹੇ ਹੋ ਕਿ ਡਾਟਾ ਹੁੰਦਾ, ਤੁਸੀਂ ਲੱਭ ਕੇ ਦੱਸ ਦੇਣਾ, ਡਾਟਾ ਹੈ ਹੀ ਨਹੀਂ ਨਾ, ਤਾਂ ਹੀ ਤਾਂ ਆਪਾਂ ਭੱਟੀ ਜੀ ਨੂੰ ਵੀ ਬਿਠਾਇਆ, ਕਿਉਂਕਿ ਗੱਲ ਇਹ ਹੈ ਸੈਂਪਲ ਭਰੇ ਗਏ, ਸੈਂਪਲ ਭਰੇ ਜਾਣ ਤੋਂ ਬਾਅਦ ਤਾਂ ਕਿਸੇ ਨੂੰ ਕੁਛ ਨਹੀਂ ਪਤਾ, ਕਿਸੇ ਨੂੰ ਕੁਛ ਨਹੀਂ ਪਤਾ। ਗੌਰਵ ਜੀ, ਆਪਾਂ ਦੋਨੋਂ ਇੱਕੋ ਪਲੇਟਫਾਰਮ ਤੇ ਆ, ਮੈਂ ਵੀ ਇਹੀ ਕਹਿ ਰਿਹਾ ਕਿ ਇਹ ਫੜੇ ਜਾਂਦੇ ਨੇ, ਦੋ ਦਿਨਾਂ ਦੀ ਖਬਰ ਹੁੰਦੀ ਹੈ, ਤੀਸਰੇ ਦਿਨ ਕੋਈ ਪੁੱਛਦਾ ਨਹੀਂ ਹੈ। ਉਹ ਜਿਹੜੀਆਂ ਲੈਬੋਰਟਰੀਆਂ ਨੇ ਜਿੱਥੇ ਟੈਸਟ ਹੁੰਦੇ ਨੇ, ਕਿਵੇਂ ਦੀ ਉੱਥੇ ਸੈਟਿੰਗ ਹੈ, ਇਹ ਕਿਸੇ ਤੋਂ ਲੁਕੀ ਛੁਪੀ ਨਹੀਂ ਹੈਗੀ। ਜਿਹੜੀ ਕਰਪਸ਼ਨ ਹੈਗੀ ਹੈ, ਦੈਟ ਇਜ਼ ਅ ਪਾਰਟ ਆਫ ਅਵਰ ਲਾਈਫ ਨਾਓ ਇਨ ਇੰਡੀਆ। ਮਤਲਬ ਤੁਸੀਂ ਦੇਖੋ, ਜ਼ਿੰਦਗੀ ਦਾ ਕੋਈ ਐਸੇ ਸਫੀਰ ਹੈ ਹੀ ਨਹੀਂ ਹੈ ਕਿ ਜਿੱਥੇ ਕਰਪਸ਼ਨ ਨਾ ਹੋਵੇ, ਤੇ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕੀ ਹੈ ਕਰਪਸ਼ਨ। ਜਦੋਂ ਤੱਕ ਜ਼ਿੰਦਗੀ ਦਾ ਹਿੱਸਾ ਕਰਪਸ਼ਨ ਬਣੇਗੀ, ਜਦੋਂ ਤੱਕ ਸਰਕਾਰਾਂ ਸੁਚੇਤ ਨਹੀਂ, ਉਹ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੀਆਂ, ਉਦੋਂ ਤੱਕ ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਹੁੰਦਾ ਰਹੇਗਾ। ਨਾ ਤੁਹਾਡੇ ਕਹਿਣ ਨਾਲ ਕੁਝ ਹੋਣਾ, ਨਾ ਸਾਡੇ ਕਹਿਣ ਨਾਲ ਹੋਣਾ, ਹੋਣਾ ਉਦੋਂ ਤੱਕ ਨਹੀਂ ਜਦੋਂ ਤੱਕ ਜਾਂ ਤੇ ਲੋਕ ਖੁਦ ਜਾਗਰੂਕ ਨਹੀਂ ਹੁੰਦੇ ਤੇ ਜਾਂ ਇਹ ਸਰਕਾਰਾਂ ਜਾਗਰੂਕ ਨਹੀਂ ਹੁੰਦੀਆਂ। ਉਹ ਆਪਣੀ ਜ਼ਿੰਮੇਵਾਰੀ ਮੈਂ ਐਡ ਕਰਦਾ, ਮੈਂ ਐਡ ਕਰਦਾ, ਸ਼ਰਮ ਹੋਣੀ ਚਾਹੀਦੀ ਆ ਉਹਨਾਂ ਅਫਸਰਾਂ ਨੂੰ, ਉਹਨਾਂ ਡਿਪਾਰਟਮੈਂਟਸ ਨੂੰ ਜਿਹੜੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਚੋਂ ਤਨਖਾਹ ਲੈਂਦੇ ਨੇ ਔਰ ਦਲਾਲੀ ਕਰਦੇ ਨੇ ਇਹੋ ਜਿਹੇ ਗਦਾਰਾਂ ਦੀ, ਜਿਹੜੇ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਆ। ਮੈਂ ਤੁਹਾਡੀ ਗੱਲ ਪੂਰੀ ਤਰ੍ਹਾਂ ਇਤਫਾਕ ਰੱਖਦਾ ਕਿ ਉਹਨਾਂ ਨੂੰ ਬਿਲਕੁਲ ਸ਼ਰਮ ਆਣੀ ਚਾਹੀਦੀ ਹੈ। ਵੈਸੇ ਸ਼ਰਮ ਤਾਂ ਵੇਚ ਖਾਧੀ ਹੈ ਇਹਨਾਂ ਨੇ, ਸਾਰਾ ਕੁਝ ਹੀ ਖਾ ਹੀ ਰਹੇ ਆ, ਪਤਾ ਨਹੀਂ ਕਿੱਦਾਂ ਦੇ ਪੇਟ ਹੈ ਇਹਨਾਂ ਦੇ, ਸਭ ਕੁਝ ਖਾਈ ਜਾਂਦੇ ਇਹਨਾਂ ਨੂੰ, ਹਜ਼ਮ ਹੋਈ ਜਾਂਦਾ। ਸਵਾਲ ਇਹ ਹੈ, ਜਿਹੜੇ ਤੁਸੀਂ ਕਹਿ ਰਹੇ ਹੋ ਤਦ ਤੱਕ ਜਿਹੜਾ ਫਰਕ ਨਹੀਂ ਪੈਣਾ, ਪਰ ਫਰਕ ਪਾਉਣ ਲਈ ਆਪਾਂ ਤਾਂ ਬੈਠੇ ਹਾਂ। ਆਪਾਂ ਕਾਹਦੇ ਵਾਸਤੇ ਬੈਠੇ ਹਾਂ? ਹੁਣੇ ਥੋੜ੍ਹੀ ਦੇਰ ਬਾਅਦ ਫੋਨ ਲਾਈਨ ਵੀ ਖੋਲ ਦਾਂਗੇ, ਆਪਾਂ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਬੈਠੇ ਹਾਂ, ਤੇ ਇਹੀ ਆਪਣਾ ਮਕਸਦ ਵੀ ਹੈਗਾ ਕਿ ਲੋਕ ਜਿਹੜੇ ਨੇ ਉਹਨਾਂ ਨੂੰ ਆਪਾਂ ਸੁਚੇਤ ਕਰ ਦਈਏ, ਆ ਸੁੱਤੀ ਹੋਈ ਸਰਕਾਰ ਆ ਇਹਨਾਂ ਨੂੰ ਜਗਾ ਦਈਏ। ਕਾਂਗਰਸ ਦੇ ਨੁਮਾਇੰਦੇ ਵੀ ਜੁੜ ਗਏ ਨੇ, ਗੌਤਮ ਸੇਠ ਕਾਂਗਰਸ ਦੇ ਲੀਡਰ ਨੇ, ਗੁਰਦਾਸਪੁਰ ਸਾਡੇ ਨਾਲ ਜੁੜੇ ਨੇ। ਪਰ ਇਸ ਤੋਂ ਪਹਿਲਾਂ ਜਿਵੇਂ ਤੁਸੀਂ ਹੁਣ ਗੱਲ ਕੀਤੀ, ਨਰੇਸ਼ ਜੀ, ਤੁਹਾਡੀ ਵੀ ਹਕੂਮਤ ਰਹੀ 10 ਸਾਲ,
ਕਿੰਨਾ ਕੁ ਤੁਸੀਂ ਐਕਟਿਵਲੀ ਕੰਮ ਕੀਤਾ ਜਾਂ ਸਿਰਫ ਤਿਉਹਾਰਾਂ ਦੇ ਵੇਲੇ ਹੀ ਸਿਰਫ ਆਪਾਂ ਜਾਗਦੇ ਸੀ, ਆਹ ਜਿਹੜੇ ਵਿਭਾਗ ਦੇ ਅਧਿਕਾਰੀ ਸੀ ਇਹਨਾਂ ਨੂੰ ਭੇਜਦੇ ਸੀਗੇ? ਨਹੀਂ ਗੌਰਵ ਜੀ, ਇੱਦਾਂ ਹੈਗਾ, ਮੈਂ ਬਿਲਕੁਲ ਗਰਗ ਸਾਹਿਬ ਦੀ ਗੱਲ ਨਾਲ ਸਹਿਮਤ ਹੈਗਾ ਕਿ ਸਿਰਫ ਤਿਉਹਾਰਾਂ 'ਤੇ ਨਹੀਂ, ਇਹ 365 ਦਿਨ ਦੀ ਕਾਰਵਾਈ ਹੈਗੀ ਹੈ ਜਿਹੜੀ ਰੈਗੂਲਰ ਹੋਣੀ ਚਾਹੀਦੀ ਹੈ। ਅਤੇ ਇਹਦੇ ਵਿੱਚ ਸਰਕਾਰਾਂ ਜਦ ਤੱਕ ਕਾਮਯਾਬ ਨਹੀਂ ਹੋ ਸਕਦੀਆਂ, ਜਦ ਤੱਕ ਜਿਹੜੀ NGOs ਅਤੇ ਸੋਸ਼ਲ ਵਰਕਰ ਇਹ ਸਭ ਨਹੀਂ, ਇੱਕ ਜਦੋਂ ਇੱਕ ਕੋਈ ਬੰਦਾ ਫੜਿਆ ਜਾਂਦਾ ਉਹਦਾ ਸੋਸ਼ਲ ਬਾਇਕਆਊਟ ਵੀ ਹੋਣਾ ਚਾਹੀਦਾ, ਉਹਦੀ ਦੁਕਾਨ 'ਤੇ ਤਾਲਾ ਸਰਕਾਰ ਬਾਅਦ 'ਚ ਲਾਵੇ, ਜਨਤਾ ਜਾਣਾ ਜਦੋਂ ਬੰਦ ਕਰ ਦੇਗੀ ਤਾਂ ਇਹ ਸਭ ਤੋਂ ਪਹਿਲਾਂ ਬੰਦ ਹੋਊ, ਕਿਉਂਕਿ ਵਪਾਰੀ ਕਿਸੇ ਚੀਜ਼ ਤੋਂ ਨਹੀਂ ਡਰਦਾ, ਵਪਾਰੀ ਆਪਣੇ ਵਪਾਰ ਦੇ ਨੁਕਸਾਨ ਤੋਂ ਡਰਦਾ। ਜੇ ਸੋਸ਼ਲ ਬਾਇਕਆਊਟ ਉਹਦਾ ਹੋ ਜਾਏ ਤਾਂ ਕੋਈ ਦੁਬਾਰਾ ਹਿੰਮਤ ਨਹੀਂ ਕਰੇਗਾ ਇੱਦਾਂ ਦੀ ਬਣਨ ਦੀ। ਦੂਜੀ ਗੱਲ ਰਹੀ ਸਰਕਾਰ ਦੀ, ਤੁਸੀਂ ਸਰਕਾਰ ਦੀ ਜਵਾਬਦੇਹੀ ਜੇ ਸਾਡੇ ਤੋਂ ਪੁੱਛ ਰਹੇ, ਹੁਣ ਜਿਹੜੀ ਪ੍ਰੈਜੈਂਟ ਹੈਗੀ ਹੈ ਤੁਹਾਡੀ ਡਿਊਟੀ ਬਣਦੀ ਹੈ ਵੈਸੇ ਉਸ ਤੋਂ ਪੁੱਛਣ ਦੀ ਕਿ ਉਹਨਾਂ ਨੇ ਕੀ ਕਾਰਵਾਈ ਕੀਤੀਆਂ। ਜੇ ਸਾਡੇ 'ਚ ਜਨਤਾ ਨੂੰ ਕੁਛ ਕਮੀ ਲੱਗੀ ਸੀਗੀ, ਉੱਥੇ ਅਕਾਲੀ ਦਲ ਦੀ ਸਰਕਾਰ ਸੀਗੀ ਤਾਂ ਉਹਨਾਂ ਨੇ ਸਰਕਾਰ ਨੂੰ ਮੌਕਾ ਦਿੱਤਾ ਸੀਗਾ। ਸਾਡੇ ਟਾਈਮ ਜਿਹੜੀ ਕਾਰਵਾਈਆਂ ਹੋਈਆਂ, ਜੇ ਮੇਰੇ ਧਿਆਨ 'ਚ ਹੁੰਦਾ ਮੈਂ ਉਹਦਾ ਡੇਟਾ ਜ਼ਰੂਰ ਲੈ ਕੇ ਆਉਂਦਾ, ਮੈਂ ਦੁਬਾਰਾ ਜਦ ਤੁਹਾਡੇ ਕੋਲ ਆਊਂਗਾ ਇਹਦਾ ਡੇਟਾ ਵੀ ਲੈ ਕੇ ਆਊਂਗਾ ਵੀ ਕਿੱਦਾਂ ਦੀ ਕਾਰਵਾਈ ਹੋਈ ਹੈ, ਕਿਹੜੇ ਕਿਹੜੇ ਅਫਸਰ ਨੂੰ ਵੀ ਉਸ ਟਾਈਮ ਕੁਛ ਅਫਸਰਾਂ ਨੂੰ ਵੀ ਕੱਢਿਆ ਗਿਆ ਸੀਗਾ, ਕੁਛ ਅਫਸਰਾਂ 'ਤੇ ਵੀ ਕੇਸ ਚੱਲੇ ਸੀਗੇ, ਜਿਹੜੇ ਕੁਛ ਅਫਸਰ ਇਹਦੇ 'ਚ ਸ਼ਾਮਲ ਦਾ ਲੱਗਿਆ ਸੀਗਾ ਇਹਨਾਂ ਦੀ ਭਨਕ, ਅਫਸਰ ਵੀ ਕੁਛ ਮੁਅੱਤਲ ਕੀਤੇ ਸੀਗੇ ਜੀ। ਠੀਕ ਹੈ, ਤਾਂ ਚੰਗੀ ਗੱਲ ਹੈ, ਤੁਸੀਂ ਮੈਨੂੰ ਵੀ ਮੇਰੀ ਡਿਊਟੀ ਆ ਦਿਲਾ ਰਹੇ ਹੋ ਕਿ ਅਸੀਂ ਸਾਡੀ ਕਿਹੜੀ ਡਿਊਟੀ ਹੁੰਦੀ ਹੈ, ਤੁਹਾਨੂੰ ਨਹੀਂ ਪੁੱਛਣਾ ਹੈਗਾ, ਸਿਰਫ ਕਾਂਗਰਸ ਵਾਲਿਆਂ ਨੇ ਪੁੱਛੀ ਹੈ ਜਿਨ੍ਹਾਂ ਦੀ ਹਕੂਮਤ ਹੈਗੀ ਹੈ, ਪਰ ਮੈਨੂੰ ਲੱਗਦਾ ਕਿ ਮੈਂ ਬੜਾ ਧੰਨਵਾਦੀ ਹੈ। ਇਹ ਮੈਟਰ ਜਿਹੜਾ ਹੈਗਾ ਗੌਰਵ ਜੀ, ਮੇਰੀ ਇੱਕ ਹੋਰ ਛੋਟੀ ਜਿਹੀ ਬੇਨਤੀ, ਬੜਾ ਥੈਂਕ ਯੂ ਤੁਹਾਡਾ, ਕਿਉਂਕਿ ਉਹ ਛੋਟੀ ਚੀਜ਼ ਨਹੀਂ ਹੈਗੀ, ਜੇ ਸਰਕਾਰ ਜਾਂ ਕੋਈ ਏਜੰਸੀ ਇਸ ਚੀਜ਼ ਨੂੰ ਕੰਟਰੋਲ ਨਹੀਂ ਕਰ ਪਾ ਰਹੀ ਆ ਨਾ, ਤੁਹਾਡੇ ਇਸ ਕਾਰਜਕ੍ਰਮ ਕਰਕੇ ਬੜੀ ਜਾਗਰੂਕਤਾ ਆਏਗੀ, ਲੋਕ ਆਪ ਵੀ ਅਵੇਅਰ ਹੋਣਗੇ, ਤੁਹਾਡੇ ਕਾਰਜਕ੍ਰਮ ਕਰਕੇ ਹੋਏਗਾ। ਸਰਕਾਰਾਂ ਜਿੰਨੀ ਮਰਜ਼ੀ ਸਖਤੀ ਕਰ ਲੈਣ, ਕਿਤੇ ਨਾ ਕਿਤੇ ਕੁਛ ਨਾ ਕੁਛ ਲੀਕੇਜ ਰਹਿ ਜਾਂਦੀ ਹੈ, ਉਸ ਲੀਕੇਜ ਦਾ ਫਾਇਦਾ ਉਠਾ ਕੇ ਵਪਾਰੀ ਆਮ ਜਨਤਾ ਨੂੰ ਨੁਕਸਾਨ ਪਹੁੰਚਾਉਂਦੇ ਆ, ਪਹੁੰਚਾਉਂਦੇ ਆ, ਮੈਂ ਮੰਨਦਾ। ਅਤੇ ਤੁਹਾਡਾ ਇਹ ਕਾਰਜਕ੍ਰਮ, ਇਹ ਕੋਈ ਡਿਬੇਟ ਨਹੀਂ ਹੈਗੀ, ਇਹ ਆਮ ਜਨਤਾ ਦੇ ਵਾਸਤੇ ਇੱਕ ਅਵੇਅਰਨੈਸ ਪ੍ਰੋਗਰਾਮ, ਮੈਂ ਇਹਨੂੰ ਕਹਾਂਗਾ, ਉਹ ਜੋ ਤੁਸੀਂ ਕਰ ਰਹੇ ਹੋ ਉਹ ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ। ਅਤੇ ਇਹ ਗੱਲ ਲਾਜ਼ਮੀ ਬਣ ਜਾਂਦੀ ਹੈ, ਅਤੇ ਇਸੇ ਕਰਕੇ ਆਪਾਂ ਇੱਕ ਸਾਰਥਕ ਚਰਚਾ ਵੀ ਕਰ ਰਹੇ ਹਾਂ, ਲੋਕਾਂ ਨੂੰ ਅਵੇਅਰ ਕਰ ਰਹੇ ਹਾਂ, ਜੋ ਆਪਣਾ ਸਾਰਿਆਂ ਦਾ ਸਮਾਜਿਕ ਸਰੋਕਾਰ ਬਣਦਾ ਆਪਾਂ ਉਹ ਕੰਮ ਕਰ ਰਹੇ ਹਾਂ। ਅਤੇ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ, ਕਿਉਂਕਿ ਸਾਡੇ ਕੋਲ ਜਗਮੋਹਨ ਜੀ ਵੀ ਬੈਠੇ ਹੋਏ ਨੇ, ਜਿਵੇਂ ਤੁਸੀਂ ਕਿਹਾ ਕਿ ਲੋਕ ਬਚ ਜਾਂਦੇ ਨੇ, ਜਿਹੜੇ ਲੂਪ ਹੋਲਸ ਦੇਖਦੇ ਨੇ ਉਸਦਾ ਫਾਇਦਾ ਚੁੱਕ ਲੈਂਦੇ ਨੇ। ਭੱਟੀ ਸਾਹਿਬ, ਕਾਨੂੰਨ ਕੀ ਕਹਿੰਦਾ ਸਾਡਾ? ਕਿਉਂਕਿ ਕਹਿਣ ਦਾ ਭਾਵ ਇਹ ਹੈ, ਸੈਂਪਲ ਭਰੇ ਗਏ, ਸੈਂਪਲ ਲੈ ਲਿੱਤੇ ਗਏ, ਭੇਜ ਦਿੱਤੇ, ਲੈਬੋਰਟਰੀ 'ਚ ਸੈਟਿੰਗ ਹੋ ਗਈ ਤਾਂ ਠੀਕ ਹੈ, ਜਾਂ ਉਸ ਤੋਂ ਬਾਅਦ ਮਾੜੀ ਮੋਟੀ ਪਨਿਸ਼ਮੈਂਟ ਹੁੰਦੀ ਹੈ, ਛੱਡ ਦਿੱਤੇ ਜਾਂਦੇ ਆ, ਉਹ ਦੁਕਾਨ ਜਿਹੜੀਆਂ ਹੁੰਦੀਆਂ, ਜਿਵੇਂ ਸੋਸ਼ਲ ਬਾਇਕਆਊਟ ਦੀ ਗੱਲ ਕੀਤੀ, ਉਹ ਉੱਦਾਂ ਹੀ ਖੁੱਲ੍ਹੀਆਂ ਰਹਿੰਦੀਆਂ? ਸੋਸ਼ਲ ਬਾਇਕਆਊਟ ਤਾਂ ਬਹੁਤ ਦੂਰ ਦੀ ਗੱਲ ਹੈ, ਬੋਰਡ ਵੀ ਉਹੀ, ਨਾਮ ਵੀ ਉਹੀ, ਤੜੱਲੇ ਦੇ ਨਾਲ ਵੇਚੋ, ਕੋਈ ਦਿੱਕਤ ਹੀ ਕੋਈ ਨਹੀਂ। ਪੱਟੀ ਜੀ ਲਾਊਡਲੀ ਬੋਲੋ, ਥੋੜ੍ਹਾ ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਨੂੰ। ਹਾਂ, ਕਾਨੂੰਨ ਦੇ ਵਿੱਚ ਜਿਹੜਾ ਦੋ ਮੁੱਖ ਧਾਰਾਵਾਂ ਆ ਜਾਂਦੀਆਂ, ਇੱਕ ਤਾਂ ਇਹ ਹੈ ਵੀ ਇੱਕ ਕਾਨੂੰਨ ਹੈ ਜਿਹੜਾ ਪਾਰਲੀਮੈਂਟ ਨੇ ਐਨੈਕਟ ਕੀਤਾ ਜਾਂ ਸਟੇਟ ਗਵਰਨਮੈਂਟ ਉਹਨੂੰ ਕਰਦੀਆਂ, ਜਦੋਂ ਇਹ
ਪ੍ਰੀਵੈਂਸ਼ਨ ਆਫ ਕਰਪਸ਼ਨ, ਪ੍ਰੀਵੈਂਸ਼ਨ ਆਫ ਫੂਡ ਐਡਲਟ੍ਰੇਸ਼ਨ ਆਉਂਦੀ ਆ, ਠੀਕ ਹੈ। ਔਰ ਦੂਜਾ ਇਹ ਹੈ ਗੈਰ ਕਾਨੂੰਨੀ, ਗੈਰ ਕਾਨੂੰਨੀ ਵੀ ਇੱਕ ਕਾਨੂੰਨ ਦੇ ਨਾਲ ਪੈਰਲਲ ਗੱਲ ਚੱਲਦੀ ਹੈ। ਅਗਰ ਜੇ ਦੇਖਿਆ ਜਾਏ ਸਾਰੇ ਕਾਸੇ ਦਾ, ਜਦੋਂ ਸੈਂਪਲ ਭਰਿਆ ਜਾਂਦਾ ਜਾਂ ਛਾਪਾ ਵੱਜਦਾ ਰੇਡ ਹੁੰਦਾ, ਰਾਤੋ ਰਾਤ ਸੈਂਪਲ ਭਰਨ ਵਾਲਿਆਂ ਨੂੰ ਜਿਹੜੇ ਆ ਪੈਸੇ ਪਹੁੰਚ ਜਾਂਦੇ ਆ, ਔਰ ਉਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਕਰੋੜਾਂ ਦੇ ਵਿੱਚ ਪਹੁੰਚ ਜਾਂਦੀਆਂ ਬਾਹਰ ਫੋਰਨ ਕੰਟਰੀਜ਼ ਵਿੱਚ, ਉਹ ਇੱਥੋਂ ਪੈਸਾ ਹਵਾਲੇ ਰਾਹੀਂ ਭੇਜ ਦਿੰਦੇ ਆ ਤਾਂ ਕਿ ਇੱਥੇ ਪਤਾ ਨਾ ਲੱਗੇ ਸਰਕਾਰ ਨੂੰ, ਸਰਕਾਰ ਦੀਆਂ ਅੱਖਾਂ ਵਿੱਚ ਧੂੜ ਕਿਵੇਂ ਪਾਈ ਜਾਏ। ਇਹ ਕਾਨੂੰਨ ਦੇ ਨਾਲ ਨਾਲ ਗੈਰ ਕਾਨੂੰਨੀ ਗੱਲ ਨਾਲ ਨਾਲ ਚੱਲਦੀ ਹੈ। ਮੈਂ 2007-08 'ਚ ਇੱਕ ਇਸੇ ਵਿਸ਼ੇ 'ਤੇ ਰਿਟ ਪਾਈ ਸੀ ਵੀ ਮਿਲਾਵਟ ਜਿਹੜਾ, ਮਿਲਾਵਟ ਦਾ ਕਾਨੂੰਨ ਜਿਹੜਾ, ਸਿਹਤ ਵਿਭਾਗ ਜਿਹੜਾ ਉਹ ਕਿਸ ਤਰ੍ਹਾਂ ਕਿਸ ਹਿਸਾਬ ਨਾਲ ਹੈ। ਔਰ ਮਾਨਯੋਗ ਹਾਈ ਕੋਰਟ ਨੇ ਦਿਸ਼ਾ ਨਿਰਦੇਸ਼ ਦਿੰਦੇ ਹੋਏ ਡਾਇਰੈਕਟਰ ਜਨਰਲ ਹੈਲਥ ਪੰਜਾਬ, ਹਰਿਆਣਾ ਔਰ ਚੰਡੀਗੜ੍ਹ ਤਿੰਨਾਂ ਨੂੰ ਇਹ ਦਿਸ਼ਾ ਨਿਰਦੇਸ਼ ਦਿੱਤੇ ਸੀ ਮੇਰੀ ਰਿਟ ਦੇ ਉੱਤੇ ਵੀ ਤੁਸੀਂ ਕੀ ਕਾਰਵਾਈਆਂ ਕਰ ਰਹੇ ਹੋ, ਉਸ ਦਾ ਸਾਨੂੰ ਦੱਸਿਆ ਜਾਏ ਜਾਂ ਕੀ ਹੈ। ਅੱਜ ਤੱਕ ਉਹਨਾਂ ਨੇ 12 ਸਾਲ ਬੀਤਣ ਦੇ ਬਾਅਦ ਵੀ ਕੋਈ ਕਾਰਗੁਜ਼ਾਰੀ ਨਹੀਂ ਕੀਤੀ। ਔਰ ਮੈਨੂੰ ਇਹ ਖੁਦ ਪਤਾ, ਮੈਨੂੰ ਉਹਨਾਂ ਨੇ ਇਹ ਕਿਹਾ ਸੀਗਾ ਵੀ ਇਹਨਾਂ ਡਾਇਰੈਕਟਰ ਜਨਰਲ ਦੇ ਨਾਲ ਜਾ ਕੇ ਤੁਸੀਂ ਇਹਨਾਂ ਨਾਲ ਐਸੋਸੀਏਟ ਕਰਕੇ ਦੇਖੋ ਇਹ ਕਿਵੇਂ ਰੇਟ ਕਰਦੇ ਆ, ਕਿਸ ਤਰ੍ਹਾਂ ਕਰਦੇ ਆ। ਤਾਂ ਮੈਨੂੰ ਕਿਸੇ ਇੱਕ ਖਾਸ ਸੱਜਣ ਨੇ ਇਹ ਗੱਲ ਕਹੀ ਸੀ ਵੀ ਇਹ ਦੋ ਤਰ੍ਹਾਂ ਦੇ ਕੰਮ ਕਰਦੇ ਆ, ਜਾਂ ਤਾਂ ਪੈਸੇ ਨਾਲ ਖਰੀਦ ਲੈਂਦੇ ਆ, ਜਾਂ ਇਹ ਬੰਦਾ ਹੀ ਜਿਹੜਾ ਉਸ ਨੂੰ ਖਤਮ ਕਰ ਦਿੰਦੇ ਆ, ਮਰਡਰ ਕਰ ਦਿੰਦੇ ਆ। ਇਹ ਇੱਕ ਨਵਾਂ ਕਾਨੂੰਨ ਆਪਣੇ ਆਪ ਦੇ ਵਿੱਚ, ਕਾਨੂੰਨ ਦੇ ਨਾਲ ਗੈਰ ਕਾਨੂੰਨੀ ਜਿਹੜੇ ਹਾਲਾਤ ਨੇ ਉਹ ਚੱਲਦੇ ਨੇ। ਜੇ ਅਸੀਂ ਇਹ ਦੇਖੀਏ ਕਈ ਰਿਪਿਊਟਿਡ ਨੇਮਸ ਨੇ ਸਵੀਟਸ 'ਤੇ, ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਮਿਲਾਵਟੀ ਦੋਸ਼ ਲੱਗੇ ਔਰ ਸਾਰਾ ਕੁਝ ਹੋਇਆ, ਉਹ ਕਿੱਧਰ ਗਏ ਜਾਂ ਕਿਵੇਂ ਗਏ, ਇਸ ਦੇ ਉੱਤੇ ਡਾਇਰੈਕਟਰ ਜਨਰਲ ਹੈਲਥ ਪੰਜਾਬ, ਹਰਿਆਣਾ ਜਾਂ ਚੰਡੀਗੜ੍ਹ ਦੱਸ ਸਕਦੇ ਨੇ, ਜਾਂ ਸਮੇਂ ਦੀ ਸਰਕਾਰ ਦੱਸ ਸਕਦੀ ਹੈ। ਸਮੇਂ ਦੀ ਸਰਕਾਰ ਨਾ ਇਹ ਕਮਾ ਕਾਨੂੰਨ ਦੇ ਨਾਲ ਗੈਰ ਕਾਨੂੰਨ ਜਿਹੜਾ ਉਹ ਜ਼ਿਆਦਾ ਤਾਕਤਵਰ ਹੈ। ਕਾਨੂੰਨ ਦੇ ਨਾਲ ਗੈਰ ਕਾਨੂੰਨੀ ਗਤੀਵਿਧੀਆਂ ਹੁੰਦੀਆਂ ਹੈ, ਰਾਈਟ। ਗੌਤਮ ਸੇਠ ਸਾਡੇ ਨਾਲ ਜੁੜ ਗਏ ਨੇ, ਕਾਂਗਰਸ ਦੇ ਲੀਡਰ ਨੇ ਗੁਰਦਾਸਪੁਰ ਤੋਂ। ਗੌਤਮ ਜੀ, ਆਵਾਜ਼ ਮਿਲ ਪਾ ਰਹੀ ਹੈ ਤੁਹਾਨੂੰ? ਹਾਂਜੀ ਹਾਂਜੀ ਗੌਰਵ ਜੀ, ਨਮਸਕਾਰ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਗੌਤਮ ਜੀ, ਕਿੰਨੀ ਕੁ ਤਿਆਰੀਆਂ ਸਾਡੀਆਂ ਸਰਕਾਰ ਦੀਆਂ, ਸਰਕਾਰੀ ਅਧਿਕਾਰੀਆਂ ਦੀਆਂ ਤੇ ਲੋਕਾਂ ਦੀ ਸਿਹਤ ਦੇ ਨਾਲ ਕੀ ਖਿਲਵਾੜ ਇਸ ਵਾਰ ਵੀ ਹੋਏਗਾ? ਸਿੱਧਾ ਸਵਾਲ ਹੈ। ਬਿਲਕੁਲ ਨਹੀਂ ਹੋਏਗਾ ਜੀ, ਸਾਡੀ ਸਰਕਾਰ ਪੂਰੀ ਇਸ ਟਾਈਮ ਰੇਡਾਂ ਹੋ ਰਹੀਆਂ ਜੀ। ਜੇ ਆਪਾਂ ਇਸ ਚੀਜ਼ ਦਾ ਪਹਿਲਾਂ ਹੀ ਆਪਾਂ ਇਸ ਚੀਜ਼ ਦਾ ਰੌਲਾ ਪਾ ਦਾਂਗੇ ਤੇ ਲੋਕ ਜਿਹੜੇ ਦੁਕਾਨਦਾਰ ਨੇ ਉਹ ਪਹਿਲਾਂ ਹੀ ਅਵੇਅਰ ਹੋ ਜਾਣਗੇ ਜੀ। ਆਪਾਂ ਇਸ ਚੀਜ਼ ਤੋਂ ਬਿਲਕੁਲ ਮਤਲਬ ਨਹੀਂ, ਗੱਲਾਂ ਕਰੀਏ ਫਿਰ ਆਪਾਂ, ਵੀ ਹੱਕ ਬਣਦਾ, ਗੱਲਾਂ ਕਰੀਏ ਫਿਰ ਆਪਾਂ, ਲੋਕਾਂ ਦਾ ਵੀ ਹੱਕ ਬਣਦਾ, ਗੱਲ ਹੀ ਨਾ ਕਰੀਏ ਫਿਰ ਆਪਾਂ ਹੁਣ, ਨਹੀਂ ਨਹੀਂ ਉਹ ਅਲਰਟ ਹੋ ਜਾਣਗੇ। ਸਾਡਾ ਵੀ ਹੱਕ ਬਣਦਾ ਇਸ ਚੀਜ਼ ਤੇ, ਇਹ ਬਿਲਕੁਲ ਨਹੀਂ ਜੀ, ਮੈਂ ਇਹ ਨਹੀਂ ਕਹਿ ਰਿਹਾ ਜੀ, ਮੈਂ ਇਹ ਕਹਿ ਰਿਹਾ ਕਿ ਸਾਰਾ ਕੰਮ ਚੱਲ ਰਿਹਾ, ਇਹ ਸਾਡੇ ਲੋਕਾਂ ਦਾ ਵੀ ਹੱਕ ਹੈ ਕਿ ਜਿਹੜੀ ਚੀਜ਼ ਗਲਤ ਹੋ ਰਹੀ ਹੈ ਅਸੀਂ ਵੇਖ ਕੇ ਫਿਰ ਵੀ ਉਸੇ ਦੁਕਾਨ ਤੇ ਜਾਂਦੇ ਹਾਂ, ਕਿ ਪਤਾ ਕਿ ਇਹ ਚੀਜ਼ ਗਲਤ ਯੂਜ਼ ਕਰ ਰਿਹਾ। ਸਾਡੇ ਲੋਕਾਂ ਦਾ, ਸਾਡੀ ਸਾਰੇ ਸਮਾਜ ਦਾ ਇਹ ਫਰਜ਼ ਹੈ ਕਿ ਇਹ ਦੇਣ, ਕੰਪਲੇਂਟ ਦੇਣ। ਸਾਡੀ ਸਰਕਾਰ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਜੀ, ਇੱਕ 15 ਸਾਲਾਂ ਤੋਂ ਲਗਭਗ 12-13 ਸਾਲਾਂ ਤੋਂ ਫੈਕਟਰੀ ਚੱਲ ਰਹੀ ਸੀ ਗੁਰਦਾਸਪੁਰ ਪਨੀਰ ਦੀ, ਜਿਹੜੀ ਕਿ ਸਾਡੀ ਸਰਕਾਰ 'ਚ ਬੰਦ ਹੋਈ ਹੈ ਜੀ। ਇੱਕ ਸਾਡੇ ਸ਼ਹਿਰ ਦੇ ਵਿੱਚ, ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਇੱਕ ਸੌਸ ਦੀ ਫੈਕਟਰੀ ਚੱਲਦੀ ਸੀ, ਜਿਹਦੇ 'ਚ ਕੈਨੀਆਂ 'ਚ ਭਰ ਕੇ ਸੌਸ ਦਿੱਤੀ ਜਾਂਦੀ ਸੀ ਜੀ, ਉਹ ਵੀ ਸਾਡੀ ਸਰਕਾਰ 'ਚ ਬੰਦ ਹੋਈ ਹੈ ਜੀ। ਅੱਜ ਤੱਕ ਤਾਜ ਹੋਟਲ ਦੇ ਉੱਤੇ, ਜਿਹੜਾ ਅੰਮ੍ਰਿਤਸਰ ਤਾਜ ਹੋਟਲ ਹੈ ਜਿਹੜਾ, ਉਹਦੇ ਉੱਤੇ ਅੱਜ ਤੱਕ ਕਿਸੇ ਨੇ ਰੇਡ ਨਹੀਂ ਕੀਤਾ ਜੀ। ਮਿਲਾਵਟੀ ਸੀਗਾ ਉਹ ਬੰਦ ਕਰਵਾਤਾ, ਸਿੱਧਾ ਸਵਾਲ ਪੁੱਛ ਰਿਹਾ
ਤੁਹਾਡੀ ਸੈਟਿੰਗ ਨਹੀਂ ਹੋਈ, ਤੁਹਾਡੇ ਕੋਲ ਹਫ਼ਤਾ ਨਹੀਂ ਪਹੁੰਚਿਆ, ਉਹਨਾਂ ਨੇ ਤੁਹਾਨੂੰ ਪੈਸੇ ਨਹੀਂ ਦਿੱਤੇ ਤਾਂ ਬੰਦ ਕਰਾਤਾ, ਜਾਂ ਤਾਜ ਵਾਲਿਆਂ ਨਾਲ ਸੈਟਿੰਗ ਨਹੀਂ ਹੋਈ, ਜਾਂ ਦੂਜੇ ਪਾਸੇ ਮੈਨੂੰ ਕਿਰਪਾ ਦੱਸ ਦੇਣਾ, ਮੇਰਾ ਸਵਾਲ ਲੈ ਲਓ, ਮੈਂ ਸਾਫ਼ ਹੀ ਪੁੱਛ ਰਿਹਾ, ਮੈਨੂੰ ਕੋਈ ਦਿੱਕਤ ਨਹੀਂ। ਦੂਜੇ ਪਾਸੇ ਜਿਹੜਾ ਤੁਸੀਂ ਕਹਿ ਰਹੇ ਹੋ ਰੇਡਾਂ ਹੋ ਰਹੀਆਂ, ਰੇਡਾਂ ਹੁੰਦੀਆਂ ਦੋ ਤਰ੍ਹਾਂ ਦੀਆਂ, ਇੱਕ ਰੇਡਾਂ ਹੁੰਦੀਆਂ ਡਰਾਵੇ ਦੇ ਲਈ, ਦੇਖੋ ਰੇਡ ਕਰ ਦਾਂਗੇ, ਦੇਖੋ ਰੇਡ ਕਰ ਦਾਂਗੇ, ਉਸ ਤੋਂ ਪਹਿਲੇ ਚੜਾਵਾ ਚੜਾ ਜਾਓ, ਇੱਕ ਤਾਂ ਆਹ ਰੇਡ ਹੁੰਦੀ ਹੈ, ਇੱਕ ਰੇਡ ਕਰਕੇ ਕਹਿੰਦੇ ਆ, ਤੁਸੀਂ ਪਹਿਲੇ ਸੁਣੀ ਨਹੀਂ, ਹੁਣ ਅਸੀਂ ਰੇਡ ਕਰਤੀ, ਰੇਟ ਡਬਲ ਹੋ ਗਿਆ, ਹੁਣ ਚੜਾਵਾ ਡਬਲ ਹੋਊਗਾ, ਕਿਹੜੀ ਵਾਲੀ ਰੇਟ ਹੈ ਤੁਹਾਡੀ? ਗੌਰਵ ਜੀ ਮੈਂ ਤੁਹਾਨੂੰ ਡਾਟਾ ਦੱਸ ਦਿੰਦਾ ਜੀ, 40-60% ਦਾ ਡਾਟਾ ਜਿਹੜਾ ਇਹ ਹੈ ਪੰਜਾਬ ਦਾ ਡਾਟਾ ਦੱਸ ਰਿਹਾ ਜੀ, ਜਿਨ੍ਹਾਂ ਦੇ ਸੈਂਪਲ ਫੇਲ ਹੋਏ ਆ, ਜਿਨ੍ਹਾਂ ਦੇ ਸੈਂਪਲ ਭਰੇ ਗਏ ਆ ਤੇ ਉਹਨਾਂ ਦੇ ਸੈਂਪਲ ਫੇਲ ਹੋਏ ਆ, ਉਹਨਾਂ ਦੀ ਕਾਰਵਾਈ ਚੱਲ ਰਹੀ ਹੈ ਜੀ, ਕਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸੀਲ ਕਰ ਦਿੱਤੀਆਂ ਗਈਆਂ ਨੇ। ਓਕੇ, ਬਿਲਕੁਲ ਇਸ ਚੀਜ਼ ਦੀ ਤੁਹਾਡੀ ਬਿਲਕੁਲ ਠੀਕ ਹੈ, ਇਹ ਚੀਜ਼ ਅਫਸਰ ਦੇ ਉੱਤੇ ਡਿਪੈਂਡ ਹੈ, ਅਸੀਂ ਸਾਰੇ ਅਫਸਰਾਂ ਨੂੰ ਆਲਰੇਡੀ, ਸਾਡੇ ਜਿਹੜੇ ਮੰਤਰੀ ਨੇ ਸਿਹਤ ਵਿਭਾਗ ਦੇ, ਉਹ ਆਲਰੇਡੀ ਇਹਨਾਂ ਨੂੰ ਕਹਿ ਚੁੱਕੇ ਨੇ ਕਿ ਜਿਹੜੀ ਚੀਜ਼ ਕੰਪਰੋਮਾਈਜ਼ ਕਿਸੇ ਚੀਜ਼ ਦਾ, ਕਿਉਂਕਿ ਸਾਡੇ ਆਪਣਾ ਸਰੀਰ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਜੀ। ਨਹੀਂ, ਉਹ ਆਪਣੇ ਸਰੀਰ ਨੇ ਥੋੜਾ ਨਾ ਕਰ ਰਹੇ ਆ, ਉਹ ਤਾਂ ਦੂਜਿਆਂ ਦੇ ਨਾਲ ਕਰ ਰਹੇ ਆ, ਬਿਲਕੁਲ ਜੀ, ਇਹਦੇ ਵਿੱਚ ਕੋਈ ਗਰੀਬ ਅਮੀਰ ਦੀ ਗੱਲ ਨਹੀਂ, ਹਰ ਬੰਦਾ ਚੀਜ਼ ਖਰੀਦਦਾ ਜੀ, ਕੌਣ ਨਹੀਂ ਖਰੀਦਦਾ ਮੈਨੂੰ ਦੱਸੋ, ਹਰ ਬੰਦਾ ਖਰੀਦਦਾ, ਇਹਦੇ ਵਿੱਚ ਗਰੀਬ ਅਮੀਰ ਦੀ ਤਾਂ ਗੱਲ ਹੀ ਕੋਈ ਨਹੀਂ ਹੈ, ਅਮੀਰ ਵੀ ਖਾਂਦਾ, ਗਰੀਬ ਵੀ ਖਾਂਦਾ ਮਿਠਾਈ, ਸਾਡੇ ਵਰਗੇ ਲੋਕਾਂ ਨੂੰ ਚਾਹੀਦਾ, ਜਿਹੜੀ ਚੀਜ਼ ਅੱਖੀ ਵੇਖਿਆ ਮੱਖੀ ਕਦੀ ਨਾ ਕਹੋ, ਲੋਕੀ ਜਾ ਕੇ ਦੱਸਣ, ਸਰਕਾਰ ਆਪਣੇ ਸਾਡੇ ਜਿਹੜੇ DHO ਸਾਹਿਬ ਨੇ, ਸਾਡੇ ਜਿਹੜੇ ਡਿਸਟ੍ਰਿਕਟ ਹੈਲਥ ਆਫੀਸਰ ਨੇ, ਉਹਨਾਂ ਨੂੰ ਅਪਰੋਚ ਕਰਨ, ਉਹਨਾਂ ਨੂੰ ਕਹਿਣ ਕਿ ਆ ਜਗ੍ਹਾ ਤੇ ਚੀਜ਼ ਗਲਤ, ਜੇ ਮੈਨੂੰ ਸਵਾਲ ਦੱਸੋ, ਮੈਨੂੰ ਸਵਾਲ ਦਾ ਜਵਾਬ ਦੇਣਾ, ਇੱਕ ਸਵਾਲ ਦਾ ਜਵਾਬ ਦੇਣਾ, ਮੈਂ ਬਾਕੀ ਪੈਨਲਿਸਟ ਕੋਲ ਵੀ ਜਾਣਾ, ਇੱਕ ਸਵਾਲ ਦਾ ਜਵਾਬ ਦੇਣਾ, ਹੁਣ ਚਲੋ ਮੈਂ ਮੰਨ ਲੈਂਦਾ ਤਿਉਹਾਰਾਂ ਦਾ ਸਮੇਂ ਆ ਗਿਆ, ਤੁਸੀਂ ਕਹਿ ਰਹੇ ਹੋ ਬਹੁਤ ਰੇਡਾਂ ਹੋ ਰਹੀਆਂ, ਚਲੋ ਮੰਨ ਕੇ ਚੱਲਦੇ ਹਾਂ ਰੇਡਾਂ ਹੋ ਰਹੀਆਂ, ਇਹ ਨਹੀਂ ਪਤਾ ਉਹਦਾ ਨੇਚਰ ਆਫ ਰੇਡਸ ਕੀ ਹੈਗਾ, ਕਿ ਕਿਸ ਵਾਸਤੇ ਰੇਡਾਂ ਹੋ ਰਹੀਆਂ, ਹੋਪਫੁਲੀ ਚੰਗੇ ਵਾਸਤੇ ਕਰ ਰਹੇ ਹੋਵੋਗੇ, ਪਰ ਕੀ ਤੁਸੀਂ ਤਿਉਹਾਰਾਂ ਦੇ ਸਮੇਂ ਦੇ ਵਿੱਚ ਕੋਈ ਐਡਵਰਟੀਜ਼ਮੈਂਟ ਜਾਂ ਲੋਕ ਅਵੇਅਰਨੈਸ ਪ੍ਰੋਗਰਾਮ ਜਾਂ ਕੁਝ ਚਲਾਉਂਦੇ ਹੋ ਕਿ ਲੋਕਾਂ ਦੇ ਵਿੱਚ ਇੱਕ ਮਾਹੌਲ ਬਣਾਇਆ ਜਾ ਸਕੇ ਅਤੇ ਲੋਕ ਕਹਿਣ ਕਿ ਹਾਂ ਭਾਈ ਅਗਰ ਇਹ ਗਲਤ ਕਰੇਗਾ ਤਾਂ ਆਹ ਨੰਬਰ ਹੈ, ਹੈਲਪਲਾਈਨ ਨੰਬਰ, ਇੱਥੇ ਫੋਨ ਮਾਰਾਂਗੇ ਤਾਂ ਕਾਰਵਾਈ ਹੋ ਜਾਏਗੀ, ਕੁਝ ਅਜਿਹਾ ਕੁਝ ਕੀਤਾ? ਕਿਉਂਕਿ ਸਾਨੂੰ ਦਿਖਾਈ ਤਾਂ ਦਿੱਤਾ ਨਹੀਂ, ਹੁੰਦਾ ਤਾਂ ਮੈਂ ਜ਼ਰੂਰ ਜ਼ਿਕਰ ਕਰ ਦਿੰਦਾ। ਗੁੱਡ ਕੁਐਸਚਨ ਜੀ, ਜਿਹੜਾ ਸਰਕਾਰ ਦਾ ਤੰਦਰੁਸਤ ਪੰਜਾਬ ਮਿਸ਼ਨ ਚੱਲ ਰਿਹਾ ਜੀ, ਉਹਦੇ ਉੱਤੇ ਵਰਕ ਹੋ ਰਿਹਾ ਜੀ, ਇੱਕ ਚੀਜ਼ ਗੌਰਵ ਜੀ ਮੈਂ ਤੁਹਾਨੂੰ ਹੋਰ ਦੱਸਣੀ ਚਾਹੂੰਗਾ, ਇੱਕ ਰਿਕੁਐਸਟ ਹੈ ਮੇਰੀ, ਇੱਕ ਸੈਂਟਰ ਕੋਲ ਰੇਲਵੇ ਦਾ ਜਿਹੜਾ ਮਹਿਕਮਾ ਉਹ ਸੈਂਟਰ ਕੋਲ ਹੈ ਜੀ, ਠੀਕ ਹੈ ਜੀ, ਸੈਂਟਰ ਦੇ ਜਦੋਂ ਉੱਥੋਂ ਆਪਣਾ ਰਾਜਸਥਾਨ ਤੋਂ ਜਾਂ ਕਿਤੋਂ ਵੀ ਜਿਹੜਾ ਆਪਣਾ ਖੋਇਆ ਹੁੰਦਾ, ਖੋਏ ਦੇ ਵਿੱਚ ਸਭ ਤੋਂ ਵੱਡੀ ਮਿਲਾਵਟ ਜਿਹੜੀ ਖੋਇਆ ਵਾ ਜੀ, ਉਹ ਉੱਥੇ ਜਾ ਕੇ ਸੈਂਪਲ ਭਰਨ ਦੇ ਸਾਨੂੰ ਸਟੇਸ਼ਨ ਦੇ ਉੱਤੇ, ਉੱਥੋਂ ਉਹਨਾਂ ਨੇ ਆਪਣੇ ਚੋਰ ਰਸਤੇ ਰੱਖੇ ਹੋਏ ਆ, ਉੱਥੋਂ ਜਿਹੜਾ ਵਾ ਸਮਾਨ ਲੈ ਕੇ ਉਹ ਨਿਕਲ ਜਾਂਦੇ, ਸਾਨੂੰ ਸੜਕਾਂ ਦੇ ਖਲੋਣਾ ਪੈਂਦਾ, ਸਾਡੇ ਬਹੁਤ ਘੱਟ ਬੱਸਾਂ ਵਿੱਚੋਂ ਇੱਕ ਜਣਾ ਜਾਂ ਮਤਲਬ 100 ਚੋਂ ਇੱਕ ਜਣਾ ਕਹਿ ਸਕਦੇ ਹਾਂ ਫੜਿਆ ਜਾਏ, ਅਦਰਵਾਈਜ਼ ਫੜੇ ਨਹੀਂ ਜਾਂਦੇ ਜੀ, ਫੜੇ ਜਾਂਦੇ ਨਹੀਂ ਨਾ। ਨਰੇਸ਼ ਜੀ ਕੀ ਕਹਿ ਰਹੇ ਹੋ? ਮੇਰੀ ਸਰ ਦੋ ਗੱਲਾਂ ਸੀਗੀਆਂ, ਇੱਕ ਤਾਂ ਮੇਰੇ ਵੱਡੇ ਵੀਰ ਕਹਿ ਰਹੇ ਹੈ ਕਿ ਵੀ ਜਿਹੜਾ ਰਾਜਸਥਾਨ ਤੋਂ ਹੋਰ ਕਿੱਧਰੋਂ ਆਉਂਦਾ ਹੈ ਉਹ
ਚੋਰ ਰਸਤੇ ਤੋਂ ਆਉਂਦਾ ਤੇ ਉਹਨੂੰ ਨਹੀਂ ਫੜ ਸਕਦੇ, ਠੀਕ ਹੈ, ਤੇ ਫਿਰ ਪੰਜਾਬ 'ਚ ਨਸ਼ਾ ਕਿੱਥੋਂ ਰੋਕ ਲੈਣਗੇ ਉਹਨੂੰ ਕਿੱਥੋਂ, ਜਿਹੜੇ ਜਾਲੀ ਹਥਿਆਰਾਂ ਦੀ ਸਪਲਾਈ ਹੋ ਰਹੀ ਨਕਲੀ ਹਥਿਆਰਾਂ ਦੀ, ਉਹਨਾਂ ਦੀ ਕਿੱਥੋਂ ਰੋਕ ਲੈਣਗੇ ਇਹ? ਇਹ ਤਾਂ ਸ਼ਰਿਆਂ ਮੱਤ ਖੜਾ ਕਰ ਰਹੇ ਆ, ਬਿਲਕੁਲ ਫੜ ਰਹੇ ਆ। ਦੂਜੀ ਗੱਲ, ਇਹਨਾਂ ਨੇ ਕਈ ਫੜ ਰਹੇ ਆ ਜੀ, ਹੱਥ ਨਹੀਂ ਫੜੇ ਜੀ, ਇਹਨਾਂ ਨੂੰ ਖੋਇਆ ਨਹੀਂ ਫੜਿਆ ਜਾ ਰਿਹਾ, ਆਪਰੇਸ਼ਨ ਚੱਲ ਰਿਹਾ ਜੀ। ਨਹੀਂ, ਅੱਛਾ ਪੁਆਇੰਟ ਕੀਤਾ ਤੁਸੀਂ, ਇਹਨਾਂ ਕੋਲ ਖੋਇਆ ਫੜਿਆ ਨਹੀਂ ਜਾ ਰਿਹਾ, ਹਥਿਆਰ ਤਾਂ ਸਿੱਧੂ ਫੜਨਗੇ, ਠੀਕ ਹੈ, ਚੰਗੀ ਗੱਲ ਹੈ, ਚੰਗੀ ਗੱਲ ਹੈ। ਇੱਕ ਮਿੰਟ ਇੱਕ ਮਿੰਟ, ਇੱਕ ਰਿਐਲਿਟੀ ਚੈੱਕ ਲੈ ਲੈਂਦੇ ਨਾ ਗੌਤਮ ਜੀ, ਇੱਕ ਰਿਐਲਿਟੀ ਚੈੱਕ ਲੈ ਲੈਂਦੇ। ਇੱਕ ਮਿੰਟ ਨਰੇਸ਼ ਜੀ, ਇੱਕ ਮਿੰਟ, ਸਰੀਨ ਜੀ ਬੈਠੇ ਹੋਏ ਆ, ਸਮਾਜ ਸੇਵੀ ਨੇ, ਅਕਸਰ ਇਹਨਾਂ ਦਿਨਾਂ ਦੇ ਵਿੱਚ ਇਹ ਵੀ ਜਾ ਕੇ ਸਰਪ੍ਰਾਈਜ਼ ਵਿਜ਼ਿਟ ਕਰਦੇ, ਚੈੱਕ ਕਰਦੇ ਆ। ਸਰੀਨ ਜੀ, ਹੁਣ ਤਾਂ ਕੀ ਦੇਖਿਆ ਤੁਸੀਂ ਜੋ ਗੌਤਮ ਜੀ ਦੱਸ ਰਹੇ ਉਹਨਾਂ ਦੇ ਗੱਲਾਂ 'ਚ ਦਮ ਹੈਗਾ? ਵੈਸੇ ਤਾਂ ਉਹਨੇ ਆਪ ਹੀ ਕਹਿ ਤਾ ਕਿ ਖੋਇਆ ਹੀ ਨਹੀਂ ਫੜਿਆ ਜਾ ਰਿਹਾ, ਜੇ ਖੋਇਆ ਹੀ ਨਹੀਂ ਫੜਿਆ ਜਾ ਰਿਹਾ ਹਥਿਆਰ ਨਸ਼ਾ ਤਾਂ ਕੀ ਫੜਿਆ ਜਾਣਾ? ਇਹ ਵੀ ਗੱਲ ਠੀਕ ਹੈ। ਮੈਂ ਜੀ ਗੌਰਵ ਜੀ ਇਹ ਨਹੀਂ ਕਿਹਾ ਕਿ ਖੋਇਆ ਨਹੀਂ ਫੜਿਆ ਜਾ ਰਿਹਾ, ਮੈਂ ਕਹਿ ਰਿਹਾ ਕਿ ਸੈਂਟਰ ਸਰਕਾਰ ਨੂੰ ਚਾਹੀਦਾ ਕਿ ਹੈਲਥ ਡਿਪਾਰਟਮੈਂਟ ਨੂੰ ਜਿਹੜਾ ਸਟੇਸ਼ਨ ਦੇ ਉੱਤੇ ਅਨੁਮਤੀ ਮਿਲੇ ਕਿ ਅਸੀਂ ਉੱਥੇ ਸੈਂਟਰ ਕਰ ਸਕੀਏ, ਤੁਹਾਨੂੰ ਦੇਖਣਾ ਚਾਹੀਦਾ, ਇਹ ਧਿਆਨ ਦੇਣਾ ਚਾਹੀਦਾ ਸਾਰਾ ਮਿਲੀ ਭਗਤ ਦੇ ਨਾਲ ਉੱਥੇ। ਹਾਂ ਜੀ ਬਿਲਕੁਲ, ਸੈਂਟਰ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਜੀ। ਸਰੀਨ ਜੀ ਦਾ ਪੁਆਇੰਟ ਲੈ ਲਈ ਆਪਾਂ, ਰਾਜਸਥਾਨ ਤੁਹਾਡੀ ਸਰਕਾਰ ਹੈ, ਹੁਣ ਵੀ ਸਾਡੇ ਤੋਂ ਕਰਾਉਂਗੇ, ਠੀਕ ਹੈ ਸਰੀਨ ਜੀ। ਬਿਲਕੁਲ ਜੀ, ਸੈਂਟਰ ਦੀ ਸਰਕਾਰ ਤੁਹਾਡੀ ਹੈ ਜੀ, ਤੁਸੀਂ ਪਰਮਿਸ਼ਨ ਦਿਓਗੇ ਤੇ ਅਸੀਂ ਇੱਥੇ ਆਪਣੀ ਐਕਟੀਵਿਟੀ ਕਰ ਸਕਦੇ ਆ, ਤੁਸੀਂ ਪਰਮਿਸ਼ਨ ਨਹੀਂ ਦੇਣਗੇ ਤੇ ਸੈਂਟਰ ਦੀ ਪਰਮਿਸ਼ਨ ਨਹੀਂ ਦੇਣਗੇ ਤੇ ਅਸੀਂ ਕਿਵੇਂ ਐਕਟੀਵਿਟੀ ਕਰ ਸਕਦੇ ਆ? ਬਾਕੀ ਨੇ ਵੀ ਪੁਆਇੰਟ ਲੈਣਾ, ਓਕੇ ਨਰੇਸ਼ ਜੀ ਕਿਰਪਾ ਸਰੀਨ ਜੀ। ਜੀ ਜੀ ਰਾਈਟ ਰਾਈਟ ਭਾਜੀ, ਹਾਂਜੀ ਗੌਰਵ ਜੀ, ਗੱਲਾਂ ਨਾਲ ਕੁਛ ਨਹੀਂ ਹੋਣਾ ਹੈ, ਇਹਨਾਂ ਨੂੰ ਸਾਰਾ ਰਿਐਲਿਟੀ ਚੈੱਕ ਤੁਹਾਡੇ ਸਾਹਮਣੇ ਆ। ਅੱਜ ਸਾਰੇ ਪੈਨਲਿਸਟ ਨੇ ਜਿਹੜੇ ਆਪਣੇ ਆਪਣੇ ਫੀਲਡਸ ਤੋਂ ਆਏ ਨੇ ਇੱਥੇ ਬੈਠੇ ਨੇ, ਤੇ ਉਹਨਾਂ ਨੇ ਦੱਸਿਆ ਹੈ ਵੀ ਕਿਵੇਂ ਸਾਰੀ ਅਡਲਟਰੇਸ਼ਨ ਜਿਹੜੀ ਹੈ ਫੂਡ ਦੀ ਉਹ ਹੋ ਰਹੀ ਹੈ, ਤੇ ਜਿਹੜੀ ਨੋਰਮਸ ਹੈ ਸਾਡੇ ਕੋਲ ਲੀਗਲ ਨੋਰਮਸ ਉਹ ਬਿਲਕੁਲ ਜ਼ੀਰੋ ਨੇ, ਠੀਕ ਹੈ, ਤੇ ਸਾਡੇ ਪੰਜਾਬ ਵਿੱਚ ਹਰਿਆਣਾ ਵਿੱਚ ਇਹ ਕਰਪਸ਼ਨ ਜਿਹੜੀ ਹੈ ਸਭ ਤੋਂ ਹਾਈਐਸਟ ਹੈ, ਸਾਨੂੰ ਪਤਾ ਹੈ ਇਹ ਗੱਲ, ਤੇ ਇਹਦੀ ਸੋਲਿਊਸ਼ਨ ਲੱਭਣ ਤੋਂ ਬਜਾਏ ਆਪਾਂ ਇੱਥੇ ਬਸ ਫਾਈਟ ਕਰਨ ਤੇ ਡਿਬੇਟ ਕਰਨ ਦਾ ਕੋਈ ਫਾਇਦਾ ਨਹੀਂ ਹੈ। ਸਾਨੂੰ ਇਹ ਦੇਖਣਾ ਹੈ ਵੀ ਕਿਵੇਂ ਸਿਟੀਜ਼ਨਸ ਆਪਣਾ ਰੋਲ ਨਿਭਾ ਸਕਦੇ ਨੇ ਅਤੇ ਐਨ ਜੀ ਓਜ਼ ਕਿਵੇਂ ਪਾਰਟੀਸਪੇਟ ਕਰ ਸਕਦੇ ਨੇ, ਅਤੇ ਜਿਵੇਂ ਸਾਡੀ ਐਨ ਜੀ ਓ ਨੇ ਵੀ ਐਕਟਿਵਲੀ ਕੰਮ ਕੀਤਾ ਹੈ ਫੂਡ ਅਡਲਟਰੇਸ਼ਨ ਵਿੱਚ। ਮੈਂ ਐਫ ਡੀ ਏ ਦੇ ਪੈਨਲ 'ਤੇ ਵੀ ਹਾਂ ਅਤੇ ਮੈਂ ਉਹਨਾਂ ਦੇ ਸੈਕਸ਼ੁਅਲ ਹੈਰੈਸਮੈਂਟ ਦੇ ਕੇਸਿਸ ਦੇਖਦੀ ਹਾਂ ਉੱਥੇ, ਬਟ ਮੈਂ ਇਹਨਾਂ ਦੇ ਫੂਡ ਵਾਲੇ ਜਿਹੜੇ ਨੇ ਮੈਟਰਸ ਉਹ ਨਹੀਂ ਵੇਖਦੀ, ਬਟ ਮੈਨੂੰ ਪਤਾ ਉਹਨਾਂ ਦੀ ਵਰਕਿੰਗ ਕਿਵੇਂ ਹੈ ਅਤੇ ਲੂਪ ਹੋਲਸ ਹੈ ਜਿਹੜੇ ਉਹ ਸਾਰੇ ਡਿਪਾਰਟਮੈਂਟਸ 'ਚ ਹੈਗੇ ਨੇ। ਤਾਂ ਮੈਨੂੰ ਲੱਗਦਾ ਇੱਕ ਬੜੀ ਫਨੀ ਜਿਹੀ ਗੱਲ ਮੇਰੇ ਦਿਮਾਗ 'ਚ ਆਈ ਹੈ, ਜਿਵੇਂ ਅੱਜ ਕੱਲ੍ਹ ਸਾਨੂੰ ਪ੍ਰੋਡਕਟਸ ਨੇ ਔਰਗੈਨਿਕ ਪ੍ਰੋਡਕਟਸ, ਮੈਨੂੰ ਲੱਗਦਾ ਹੁਣ ਸਾਨੂੰ ਔਰਗੈਨਿਕ ਸਵੀਟਸ ਦੀ ਵੀ ਲੋੜ ਹੈਗੀ ਹੈ। ਨਹੀਂ, ਗੱਲ ਤੁਹਾਡੀ ਠੀਕ ਹੈ, ਪਰ ਔਰਗੈਨਿਕ ਦੇ ਨਾਮ 'ਤੇ ਵੀ ਨਵਾਂ ਧੰਦਾ ਸ਼ੁਰੂ ਕਰ ਲੈਣਗੇ ਡਾਕਟਰ ਸਾਹਿਬ, ਕੁਛ ਇੱਦਾਂ ਚੱਲਦੇ ਆ, ਕਿਉਂਕਿ ਹੁਣ ਅਜਿਹਾ ਇੰਨਾ ਮੈਟਰ ਹੋ ਗਿਆ, ਹੁਣ ਡਾਕਟਰ ਸਾਹਿਬ ਕਲੀਅਰ ਕਰ ਦੇਣਗੇ। ਡਾਕਟਰ ਸਾਹਿਬ ਹੁਣ ਮਿਠਾਈਆਂ ਤਾਂ ਹਰ ਕਿਸੇ ਨੇ ਖਾਣੀਆਂ ਹੀ ਖਾਣੀਆਂ, ਲੈਣੀਆਂ ਵੀ ਹੈਗੀਆਂ, ਅਤੇ ਜਿਹੜੀਆਂ ਦੁਕਾਨਾਂ ਸਾਹਮਣੇ ਦੇਖਦੀਆਂ ਜਾਂ ਨਾਮੀ ਹੁੰਦੀਆਂ ਨੇ, ਲੋਕ ਕਹਿੰਦੇ ਇਹਨਾਂ ਤਾਂ ਲੈ ਲਓ, ਭਰੋਸਾ ਕਰ ਲੈਂਦੇ ਕਿ ਯਾਰ ਇਹ ਤਾਂ ਠੀਕ ਹੀ ਬਣਾਉਂਦੇ ਹੋਣਗੇ, ਇੱਥੋਂ ਲੈ ਲੈਂਦੇ, ਨਾ ਵੱਡਾ ਹੈਗਾ, ਪਰ ਕਿਤੇ ਨਾ ਵੱਡੇ ਹੁੰਦੇ, ਕੰਮ ਛੋਟੇ ਹੁੰਦੇ ਆ, ਪਿੱਛੋਂ ਤਾਂ ਪਤਾ ਨਹੀਂ ਕਿਵੇਂ ਬਣਵਾ ਕੇ ਉਹਨਾਂ ਨੇ ਕੀ ਸਮਾਨ ਭੇਜਿਆ। ਆਮ ਬੰਦਾ, ਇੱਕ ਸਾਡਾ ਆਮ ਸ਼ਹਿਰੀ, ਇੱਕ ਨਾਗਰਿਕ ਕਿਵੇਂ ਪਛਾਣ ਕਰੇਗਾ ਕਿ ਇਹ ਮਿਠਾਈ ਠੀਕ ਹੈ ਕੀ? ਉਹਨੇ ਜਾ ਕੇ ਪੈਸੇ ਦੇ ਕੇ ਲੈ ਲੈਣਾ ਭਰੋਸਾ ਕਰਕੇ, ਹੀ ਵੁੱਡ ਨੈਵਰ ਗੈਟ ਟੂ ਨੋ ਕਿ ਹੋ ਕੀ ਰਿਹਾ, ਬਣਿਆ ਕਿਵੇਂ ਹੈ। ਬਿਲਕੁਲ, ਯਾ ਐਬਸੋਲੂਟਲੀ, ਤੁਸੀਂ ਇਹਦੇ 'ਚ ਮੁੱਦੇ ਜਿਵੇਂ ਮੇਰੇ ਸਾਰੇ ਪੈਨਲਿਸਟ ਜਿਹੜੇ ਹੈਗੇ ਨੇ, ਵਿਦਵਾਨ ਲੋਕਾਂ ਨੇ, ਤੁਸੀਂ ਵੀ ਜਿਹੜੀ ਗੱਲਾਂ ਕੀਤੀਆਂ ਉਹਦੇ ਤੋਂ ਦੋ ਤਿੰਨ ਗੱਲਾਂ ਬੜੀਆਂ ਕਲੀਅਰ ਹੋ ਕੇ ਸਾਹਮਣੇ ਆ ਰਹੀਆਂ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਲੋ, ਦੂਜਾ ਹੈਗਾ ਲੋ ਦੀ ਇਨਫੋਰਸਮੈਂਟ ਏਜੰਸੀ, ਉਹਨੂੰ ਐਜ਼ ਏ ਖੁਦ ਹੀ ਲੋ ਨੂੰ ਬ੍ਰੇਕ ਕਰਨ ਵਾਸਤੇ ਅੱਗੇ ਤਿਆਰ ਰਹਿੰਦੇ ਨੇ, ਕਿਉਂਕਿ ਉਹਨਾਂ ਵਾਸਤੇ ਇਹ ਸ਼ਿਕਾਰੀ ਹੋ ਗਏ ਨੇ। ਸੋ ਦੂਜਾ ਜਿਹੜਾ ਹੈਗਾ ਅਵੇਅਰਨੈਸ ਦਾ ਮੁੱਦਾ ਹੈਗਾ,
ਸੋ ਦੋ ਮੁੱਦੇ ਹੈਗੇ ਨੇ ਸਾਡੇ ਕੋਲ, ਇੱਕ ਅਵੇਅਰਨੈਸ ਔਰ ਦੂਜਾ ਮੁੱਦਾ ਹੈਗਾ ਲਾਅ ਇਨਫੋਰਸਮੈਂਟ। ਸੋ ਇਹਦੇ 'ਚ ਜੇ ਤੁਸੀਂ ਇਹ ਕਹੋ ਕਿ ਜੀ ਇੱਕ ਆਮ ਆਦਮੀ ਜਿਹੜਾ ਹੈਗਾ ਉਹ ਮਿਠਾਈਆਂ ਨੂੰ ਦੇਖ ਕੇ ਉਹ ਪਛਾਣ ਪਾਏਗਾ ਕਿ ਇਹਦੇ ਵਿੱਚ ਕੀ ਨਕਲੀ ਹੈਗਾ ਕੀ ਅਸਲੀ ਹੈਗਾ, ਉਹ ਤਾਂ ਕਿਸੇ 'ਤੇ ਬਸਦਾ ਹੈ ਨਹੀਂ। ਹੁਣ ਪ੍ਰੋਬਲਮ ਇਹ ਹੋ ਗਈ ਹੈ ਕਿ ਸਾਨੂੰ ਪਤਾ ਹੈ ਕਿ ਜਿਵੇਂ ਪਹਿਲਾਂ ਵੀ ਗੱਲ ਹੋਈ ਹੈ ਕਿ ਸਿਰਫ ਇਹ ਤਿਉਹਾਰ ਦੇ ਦੌਰਾਨ ਨਹੀਂ, ਇਹ ਅੱਜ ਖੁੱਲ੍ਹੀ ਕਿਤਾਬ ਹੈ ਕਿ ਕੋਈ ਪਨੀਰ, ਕੋਈ ਸੋਇਆ, ਕੋਈ ਇਹੋ ਜਿਹੀਆਂ ਮਿਠਾਈਆਂ, ਮੈਂ ਕਹਿੰਦਾ 100 ਚੋਂ ਹੋ ਸਕਦਾ ਕਿ 70-80% ਮਿਠਾਈ ਜਿਹੜੀ ਹੈਗੀ ਹੈ ਉਹਦੇ ਕਿਸੇ ਨਾ ਕਿਸੇ ਤਰ੍ਹਾਂ ਦੀ ਅਡਲਟਰੇਸ਼ਨ ਹੋਏਗੀ। ਅਸੀਂ ਹੁਣ ਅਡਲਟਰੇਸ਼ਨ ਦਾ ਵੀ ਜਿਹੜਾ ਇਸ ਲੈਵਲ ਤੱਕ ਪਹੁੰਚ ਗਿਆ ਕਿ ਇਹ ਜ਼ਹਿਰ ਦੇ ਮੁਤਾਬਿਕ ਇਹ ਅਡਲਟਰੇਸ਼ਨ ਹੋਣੀ ਸ਼ੁਰੂ ਹੋ ਗਈ ਹੈ। ਇਹ ਆਮ ਨਹੀਂ ਹੈ ਕਿ ਰੰਗ ਜਿਹੜਾ ਹੈਗਾ ਉਹ ਸੇਫਟੀ ਦੇ ਹਿਸਾਬ ਨਾਲ ਨਹੀਂ ਪਾਇਆ ਗਿਆ, ਫਲੇਵਰ ਸੇਫਟੀ ਦੇ ਹਿਸਾਬ ਨਾਲ ਨਹੀਂ ਪਾਈ ਗਈ। ਇਹਦੇ ਤੋਂ ਹਟ ਕੇ ਅਸੀਂ ਇਹੋ ਜਿਹੇ ਪਦਾਰਥ ਯੂਜ ਕਰ ਰਹੇ ਨੇ ਜਿਹੜੇ ਕਿ ਜਾਨਲੇਵਾ ਨੇ। ਸੋ ਮੈਂ ਕਹਿੰਦਾ ਅਗਰ ਲਾਅ ਨੂੰ ਵੀ ਦੁਬਾਰਾ ਇੱਕ ਵਾਰੀ ਅਸੀਂ ਰੀਲੁੱਕ ਕਰੀਏ ਤਾਂ ਉਹਨੂੰ ਵੀ ਥੋੜ੍ਹਾ ਜਿਹਾ ਹੋਰ ਇਨਫੋਰਸ ਕਰਨ ਦੀ ਲੋੜ ਹੈ। ਔਰ ਮੈਂ ਤਾਂ ਕਹਿੰਦਾ ਕਿ ਇਹ ਜਿਹੜੀ ਚੀਜ਼ਾਂ ਹੈਗੀਆਂ ਦੀਜ਼ ਆਰ ਇਕੁਅਲ ਟੂ ਮਾਸ ਮਰਡਰ ਦਿਸ ਥਿੰਗ, ਤੋ ਦੇ ਸ਼ੁੱਡ ਬੀ ਇਕੁਏਟਡ ਵਿਦ ਜਿਹੜੇ ਕਿ ਵੀ ਅਟੈਂਪਟ ਟੂ ਮਰਡਰ ਜਿਹੜੀ ਮਾਸ ਲੈਵਲ 'ਤੇ ਹੈਗਾ, ਇਹ ਤਾਂ ਆਲਮੋਸਟ ਜੀਨੋਸਾਈਡ ਹੈ। ਤੁਸੀਂ ਹਰੇਕ ਨੇ ਮਿਠਾਈ ਖਾਣੀ ਹੈ, ਹਰੇਕ ਦੇ ਸੋਸ਼ਲ ਈਵੈਂਟ ਹੈਗੇ ਨੇ, ਆਉਣਾ ਹੈ ਸਾਹਮਣੇ। ਬਟ ਇਹਦੇ ਵਿੱਚ ਹੁਣ ਅਸੀਂ ਇਹ ਦੇਖਣਾ ਹੈਗਾ ਕਿ ਜਿਵੇਂ ਪਹਿਲਾਂ ਵੀ ਡਿਸਕਸ਼ਨ ਦੇ ਦੌਰਾਨ ਇਹ ਗੱਲਾਂ ਆਈਆਂ ਕਿ ਰੇਡ ਹੁੰਦੀ ਹੈ, ਰੇਡ ਹੋਣ ਤੱਕ ਅਸੀਂ ਸਾਰਾ ਕੁਝ ਸਾਨੂੰ ਪਤਾ ਹੁੰਦਾ ਹੈ, ਬਟ ਉਸ ਤੋਂ ਬਾਅਦ ਜਿਹੜਾ ਹੈਗਾ ਲਾਅ ਦੇ ਵਿੱਚ ਇਹ ਵੀ ਪ੍ਰੋਵਾਈਡ ਹੋਣਾ ਚਾਹੀਦਾ ਹੈ ਕਿ ਜਦੋਂ ਰੇਡ ਹੋਈ ਉਹਦੇ ਰਿਜ਼ਲਟ ਜਿਹੜੇ ਹੈਗੇ ਨੇ ਜਾਂ ਉਹਦੀ ਅੱਗੇ ਜਿਹੜੀ ਕਾਰਵਾਈ ਹੋਈ ਹੈ ਉਹਦੇ ਬਾਰੇ ਕੀ ਸਟੈਪ ਲਿੱਤੇ ਗਏ, ਨੰਬਰ 1। ਨੰਬਰ 2 ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਕਿ ਦੁਕਾਨ ਵਾਲੇ ਫਿਰ ਵੀ ਦਵਾਈਆਂ ਕਹਿੰਦਾ ਮੈਂ ਮਿਠਾਈਆਂ ਵਗੈਰਾ ਜਾਂ ਕੋਈ ਵੀ ਖਾਣ ਦੇ ਪਦਾਰਥ ਨੇ ਉਹ ਵੇਚਦੇ ਨੇ। ਸੋ ਜਿਵੇਂ ਹਸਪਤਾਲਾਂ ਵਿੱਚ ਜਾਂ ਹੋਰ ਕਈਆਂ ਵਿੱਚ ਇੱਕ ਨਿਸ਼ਾਨ ਦਿੱਤਾ ਜਾਂਦਾ ਹੈ ਐਕ੍ਰੀਡੇਸ਼ਨ ਦਾ, ਰਾਈਟ। ਸੋ ਅਸੀਂ ਕਿਉਂ ਨਹੀਂ ਉਸ ਜਿਹੜਾ ਹੈਗਾ ਸ਼ੋਪ ਹੈਗੀ ਹੈ ਜਾਂ ਉਹ ਫੈਕਟਰੀ ਹੈ ਜਿੱਥੇ ਕਿ ਵੀ ਇਹ ਪਦਾਰਥ ਬਣਦੇ ਨੇ ਉਹਦੇ 'ਤੇ ਦੇਖਿਆ ਜਾਏ ਕਿ ਵੀ ਇਹ ਜਿਹੜਾ ਹੈਗਾ ਇਹ ਗਲਤ ਪਦਾਰਥ ਵੇਚ ਰਹੇ ਅਤੇ ਉੱਥੇ ਕੋਈ ਇਹੋ ਜਿਹਾ ਨਿਸ਼ਾਨ ਸਾਨੂੰ ਸਾਹਮਣੇ ਨਜ਼ਰ ਆਏ। ਰੇਟਿੰਗ ਜਾਂ ਕੁਛ ਹੋਣਾ ਚਾਹੀਦਾ ਜੀ, ਬੜਾ ਚੰਗਾ ਕਹਿ ਤੁਸੀਂ, ਜਿਹੜਾ ਮੇਰੇ ਵਰਗਾ ਜਾਂ ਕੋਈ ਵੀ ਇਹ ਗਲਤ ਹੈ। ਕੁਛ ਅਸੀਂ ਰੇਟਿੰਗਸ ਗ੍ਰੇਡਿੰਗਸ ਹੋਣੀਆਂ ਚਾਹੀਦੀਆਂ, ਪਰ ਬਿਲਕੁਲ ਠੀਕ ਹੈ। ਨੀਲਗਰ ਸਾਹਿਬ, ਨੀਲਗਰ ਸਾਹਿਬ ਇਹ ਬੜਾ ਇੰਪੋਰਟੈਂਟ ਦੇਖੋ ਪੁਆਇੰਟ ਬਣ ਗਿਆ ਇੱਕ ਆਮ। ਹਾਂ, ਬਿਲਕੁਲ ਤੁਹਾਡੀ ਗੱਲ ਬੜੀ ਚੰਗੀ ਹੈ ਕਿਉਂਕਿ ਆਪਾਂ ਇਸ ਦੀ ਪਛਾਣ ਤਾਂ ਕਰ ਨਹੀਂ ਪਾਉਂਦੇ। ਇੱਕ ਰੈਂਡਮਲੀ ਕੋਈ ਵੀ ਪਰਿਵਾਰ ਹੈ ਆਪਣੇ ਫੈਮਿਲੀ ਦੇ ਨਾਲ ਜਾਂਦਾ ਹੈ ਅਤੇ ਉੱਥੇ ਜਾ ਕੇ ਬੱਚੇ ਜੋ ਬੋਲਦੇ ਆ, ਘਰ ਦੇ ਕਹਿੰਦੇ, ਜੋ ਰਿਕੁਆਇਰਮੈਂਟ ਹੁੰਦੀ ਹੈ ਹਰ ਕਿਸੇ ਦੀ, ਜੋ ਪੋਕਿਟ ਅਲਾਓ ਕਰਦੀ ਹੈ, ਉਸ ਹਿਸਾਬ ਨਾਲ ਜਗ੍ਹਾ 'ਤੇ ਜਾ ਕੇ ਉਹ ਖਰੀਦਦਾ। ਹਾਲਾਂਕਿ ਰੇਟਾਂ ਦੇ ਵਿੱਚ ਬਹੁਤ ਜ਼ਿਆਦਾ ਵੇਰੀਏਸ਼ਨ ਹੁੰਦਾ, ਇਹ ਜ਼ਰੂਰੀ ਨਹੀਂ ਹੈ ਕਿ ਜੋ ਚੀਜ਼ ਜਿੰਨੀ ਮਹਿੰਗੀ ਹੋ ਉਨੀ ਹੀ ਚੰਗੀ ਹੋਏਗੀ। ਅਡਲਟਰੇਸ਼ਨ ਉਹਦੇ ਵਿੱਚ ਵੀ ਹੋ ਸਕਦੀ ਹੈ, ਜੇ ਆਪਾਂ ਮੰਨ ਕੇ ਚੱਲੀਏ ਕਿ 1,000 ਰੁਪਏ ਕਿਲੋ ਵਾਲੀ ਮਿਠਾਈ ਤਾਂ ਸਹੀ ਹੋਣੀ ਹੈ ਅਤੇ 250 ਰੁਪਏ ਵਾਲੀ ਮਾੜੀ ਹੋਣੀ ਹੈ, ਇਹ ਜ਼ਰੂਰੀ ਨਹੀਂ ਹੈ। ਪਰ ਇਸਦੇ ਹੁਣ ਮਾਪਦੰਡ ਕਿਵੇਂ ਸੈੱਟ ਕੀਤੇ ਜਾਣ ਅਤੇ ਆਮ ਲੋਕ ਜਿਹੜੇ ਹੈ ਉਹ ਕਿਵੇਂ ਪਛਾਣਨਗੇ, ਇਹ ਤਾਂ ਬਹੁਤ ਵੱਡਾ ਚੈਲੇਂਜ ਹੈ ਸਾਰਿਆਂ ਦੇ ਲਈ। ਬਿਲਕੁਲ। ਸੋ ਇਹ ਇਹ ਇੱਕ ਰੇਟਿੰਗ ਦਾ ਜਿਹੜਾ ਸਿਲਸਿਲਾ ਹੈਗਾ, ਔਰ ਲਾਅ ਨੂੰ ਵੀ ਮੈਂ ਕਹਿੰਦਾ ਕਿ ਇਹਨੂੰ ਇੰਨਾ ਸਟ੍ਰਿੰਜੈਂਟ ਬਣਾ ਦਿੱਤਾ ਜਾਏ ਕਿ ਜਿਹੜੇ ਲਾਅ ਇਨਫੋਰਸਿੰਗ ਏਜੰਸੀਜ਼ ਨੇ ਉਹਨਾਂ ਦੇ ਉੱਤੇ ਵੀ ਇੱਕ ਹੋਏ ਕਿ ਵੀ ਅਗਰ ਇਹ ਨਹੀਂ ਫੜ ਪਾਏ, ਜਿਵੇਂ NGO ਨੇ ਉਹਨਾਂ ਨੂੰ ਐਕਟਿਵ ਕੀਤਾ ਜਾਏ। NGO ਸ਼ੁੱਡ ਬੀ ਏ ਪਾਰਟ ਆਫ ਏ ਰੇਡਿੰਗ ਟੀਮ, ਇਹ ਹੋਣਾ ਚਾਹੀਦਾ, ਇਹ ਬਹੁਤ ਜ਼ਰੂਰੀ ਹੈ। NGO ਇਹ ਨਹੀਂ ਹੁੰਦਾ, ਇਹ ਤੁਸੀਂ ਚੰਗਾ ਕਿਹਾ, ਇਹ ਚੰਗਾ ਕਿਹਾ ਸੇਠ ਸਾਹਿਬ ਤੁਸੀਂ। ਆ ਦੇਖੋ, ਡਾਕਟਰ ਸਾਹਿਬ ਨੇ ਬੜੀ ਚੰਗੀ ਗੱਲ ਕਹੀ, ਕੁਛ ਰੇਡਾਂ 'ਤੇ ਜਾਣ ਦਾ ਮੈਨੂੰ ਵੀ ਮੌਕਾ ਮਿਲਿਆ ਕੁਛ ਸਾਲ ਪਹਿਲਾਂ, ਮੈਂ ਰੇਡਾਂ 'ਤੇ ਗਿਆ। ਸੁਣ ਤਾਂ ਲਓ, ਪਹਿਲੇ ਸਵਾਲ ਤਾਂ ਲੈ ਲਿਆ ਕਰੋ ਤੁਸੀਂ।
ਤੁਸੀਂ ਪਹਿਲੇ ਸ਼ੁਰੂ ਹੋ ਜਾਂਦੇ ਹੋ, ਪਹਿਲੇ ਸਵਾਲ ਲੈ ਲਿਆ ਕਰੋ। ਕਹਿਣ ਦਾ ਭਾਵ ਇਹ ਹੈ ਕਿ ਜਦੋਂ ਇਹ ਵਿਭਾਗ ਦੇ ਅਧਿਕਾਰੀ ਜਾਂਦੇ ਹੈ, ਇਹ ਸਿਰਫ ਆਪ ਹੀ ਹੁੰਦੇ ਆ, ਕੋਈ NGOs ਨਹੀਂ, ਕੋਈ ਹੋਰ ਵਾਲੰਟੀਅਰਸ ਨਹੀਂ, ਕੋਈ ਕੁਛ ਨਹੀਂ, ਇਕੱਲੇ ਆਪ ਹੀ ਨੇ। ਹੁਣ ਅੰਦਰ ਖੜ੍ਹੇ ਹੋ ਕੇ ਕਿਹੜੀ ਸੈਟਿੰਗ ਕਰ ਰਹੇ ਆ, ਕਿਹੜੇ ਪ੍ਰੋਡਕਟ, ਕਿਹੜੇ ਸੈਂਪਲ ਭਰ ਰਹੇ ਆ, ਨੋਬਡੀ ਨੋਜ਼, ਕਿਸੇ ਨੂੰ ਕੁਛ ਨਹੀਂ ਪਤਾ ਹੁੰਦਾ। ਇਹ ਇਹਨਾਂ ਨੇ ਬਿਲਕੁਲ ਠੀਕ ਆ, ਅਗਰ ਪਾਰਦਰਸ਼ੀ ਕਰਨਾ, ਟਰਾਂਸਪੇਰੈਂਟ ਕਰਨਾ, ਤਾਂ ਅਜਿਹਾ ਕਰਨਾ ਚਾਹੀਦਾ। ਗੱਲ ਸਾਹਿਬ ਆ ਰਿਹਾ। ਨਹੀਂ ਜੀ, ਬਿਲਕੁਲ ਠੀਕ ਹੈ ਜੀ, ਮੈਂ ਇਹਨਾਂ ਨਾਲ ਸਹਿਮਤ ਹਾਂ ਜੀ, ਡਾਕਟਰ ਸਾਹਿਬ ਦਾ ਮੈਂ ਬਿਲਕੁਲ ਸਹਿਮਤ ਹਾਂ ਇਸ ਗੱਲ 'ਤੇ, ਇਹਦੇ 'ਚ ਕੋਈ ਦੋ ਰਾਇ ਨਹੀਂ। ਇਹ ਅੱਛਾ ਪੁਆਇੰਟ ਡਾਕਟਰ ਸਾਹਿਬ ਨੇ ਜਿਹੜਾ ਸਾਨੂੰ ਸਰਕਾਰ ਨੂੰ ਅੱਛਾ ਪੁਆਇੰਟ ਦਿੱਤਾ ਜੀ, ਮੈਂ ਆਪਣੇ ਮੰਤਰੀ ਬਾਜਵਾ ਸਾਹਿਬ ਨਾਲ ਗੱਲ ਕਰਾਂਗਾ ਜੀ ਇਸ ਬਾਰੇ, ਬਿਲਕੁਲ ਵਧੀਆ ਪੁਆਇੰਟ ਹੈ ਜੀ। ਗਰਗ ਸਾਹਿਬ ਸਰਕਾਰ ਆਪਣੇ ਲੈਵਲ ਤੇ ਬਹੁਤ ਬਹੁਤ ਕੁਝ ਕਰ ਰਹੀ ਹੈ ਆਪਣੇ ਲੈਵਲ ਤੇ ਵੀ, ਬਿਲਕੁਲ ਠੀਕ ਹੈ। ਇਹ ਤੁਹਾਡੇ ਸਾਡੇ ਨਾਲ ਖਿਲਵਾੜ ਹੁੰਦਾ ਜਿਹੜਾ ਮਾੜੀਆਂ ਚੀਜ਼ਾਂ ਖਾਣ ਨੂੰ ਮਿਲਦੀਆਂ, ਰਾਈਟ ਰਾਈਟ, ਇਹ ਤੁਹਾਡੇ ਸਾਡੇ ਨਾਲ ਖਿਲਵਾੜ ਹੁੰਦਾ ਜੀ। ਗਰਗ ਸਾਹਿਬ ਦਾ ਪੁਆਇੰਟ ਵੀ ਇਸ ਚੀਜ਼ ਤੇ ਬਿਲਕੁਲ ਖਿਲਾਫ ਹੈ ਜੀ। ਚੰਗੀ ਗੱਲ, ਗਰਗ ਸਾਹਿਬ। ਗੌਰਵ ਜੀ, ਅੱਜ ਪੰਜਾਬ ਜਿਹੜਾ ਹੈਗਾ ਉਸਨੂੰ ਅਸੀਂ ਕੈਂਸਰ ਦੀ ਰਾਜਧਾਨੀ ਕਹਿ ਸਕਦੇ ਹਾਂ, ਬਠਿੰਡੇ ਤੋਂ ਤਾਂ ਪਰਟੀਕੁਲਰ ਇੱਕ ਟ੍ਰੇਨ ਵੀ ਜਿਹੜੀ ਬੀਕਾਨੇਰ ਨੂੰ ਜਾਂਦੀ ਹੈ ਜਿਹਨੂੰ ਅਸੀਂ ਕੈਂਸਰ ਦੀ ਟ੍ਰੇਨ ਕਹਿੰਦੇ ਹੈਗੇ ਹਾਂ, ਇਹ ਕੈਂਸਰ ਜਿਹੜਾ ਫੈਲ ਰਿਹਾ ਕੋਈ ਇਹਦੇ ਪਿੱਛੇ ਕੋਈ ਹੋਰ ਕਾਰਨ ਨਹੀਂ ਹੈਗਾ, ਇਹਦੇ ਵਿੱਚ ਇਹੀ ਨਕਲੀ ਚੀਜ਼ਾਂ ਦੀ ਜਿਹੜੀ ਮਿਲਾਵਟ ਹੈਗੀ ਹੈ, ਇਹੀ ਇਹਦਾ ਕਾਰਨ ਹੈਗਾ। ਔਰ ਇਹ ਜਿਸ ਤਰੀਕੇ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ, ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਦਾ, ਮੇਰਾ ਇਹ ਆਪਣਾ ਮੰਨਣਾ ਜਾਂ ਆਮ ਆਦਮੀ ਪਾਰਟੀ ਦਾ ਇਹ ਮੰਨਣਾ ਹੈਗਾ ਕਿ ਇਹਨਾਂ ਲੋਕਾਂ ਦੇ ਉੱਤੇ ਇਰਾਦਾ ਕਤਲ ਦਾ ਜਿਹੜਾ ਕੇਸ ਦਰਜ ਹੋਣਾ ਚਾਹੀਦਾ, 307 ਦਾ ਪਰਚਾ ਦਰਜ ਹੋਣਾ ਚਾਹੀਦਾ। ਐਗਜੈਕਟਲੀ। ਔਰ ਜਿਹੜਾ ਕਤਲ ਦਾ ਇਰਾਦਾ ਰੱਖਦਾ ਉਹਦੀ ਹੈਲਪ ਕਰਨ ਵਾਲਾ, ਕਿਉਂਕਿ ਜਿਹੜੀ ਇਨਫੋਰਸਮੈਂਟ ਏਜੰਸੀਆਂ ਹੈਗੀਆਂ ਉਹਨਾਂ ਦੀ ਸਹਾਇਤਾ ਕਰਦੇ, ਉਹ ਵੀ ਇਕੁਅਲੀ ਰਿਸਪੋਨਸੀਬਲ ਨੇ, ਇਕੁਅਲੀ ਰਿਸਪੋਨਸੀਬਲ ਨੇ। ਜਦੋਂ ਤੱਕ ਇਹਨਾਂ ਲੋਕਾਂ ਨੂੰ ਚੁਰਾਹੇ ਦੇ ਵਿੱਚ ਖੜਾ ਕੇ ਫਾਂਸੀ ਨਹੀਂ ਦਿੱਤੀ ਜਾਂਦੀ, ਮੈਂ ਸਮਝਦਾ ਸਾਡਾ ਮੁਲਕ ਜਿਹੜਾ ਇੱਕ ਵੀਕੈਸਟ ਮੁਲਕ ਹੈ ਇਸ ਮਾਮਲੇ ਦੇ ਵਿੱਚ, ਠੀਕ ਹੈ ਅਸੀਂ ਫਾਂਸੀ ਦੇ ਖਿਲਾਫ ਹਾਂ, ਸਾਡਾ ਮੁਲਕ ਫਾਂਸੀ ਦੇ ਖਿਲਾਫ ਆਈਡੀਓਲੋਜੀ, ਪਰ ਤੁਸੀਂ ਇਹੋ ਜਿਹੇ ਯਾਨੀ ਕਿ ਜਿਹੜੇ ਕਾਤਲ ਨੇ ਉਹਨਾਂ ਦਾ ਕੀ ਕਰੋਗੇ ਜਿਹੜੇ ਕੁੱਖ ਦੇ ਵਿੱਚ ਹੀ ਬੱਚਿਆਂ ਨੂੰ ਮਾਰ ਰਹੇ ਨੇ, ਜਿਸ ਤਰੀਕੇ ਦੀ ਮਿਠਾਈ ਖਵਾਈ ਜਾ ਰਹੀ ਹੈ, ਬੱਚੇ ਹਾਲੇ ਪੈਦਾ ਵੀ ਨਹੀਂ ਹੁੰਦੇ ਉਹਨਾਂ ਨੂੰ, ਤੁਸੀਂ ਜਿਸ ਤਰੀਕੇ ਦੇ ਬਿਮਾਰੀਆਂ ਲੱਗ ਰਹੀਆਂ ਨੇ, ਹਰ ਜਿਹੜਾ ਉਹਦੇ ਪਿੱਛੇ ਗੱਲ ਹੋਰ, ਇਸ ਚੀਜ਼ ਦੇ ਨਾਲ ਜਿਹੜਾ ਇੱਕ ਮੈਸੇਜ ਗਲਤ ਹੋਰ ਜਾ ਰਿਹਾ, ਇੱਕ ਮੈਸੇਜ ਗਲਤ ਵੀ ਜਾ ਰਿਹਾ, ਸਾਰੇ ਵਪਾਰੀ ਚੋਰ ਨਹੀਂ ਹੈਗੇ, ਇਸ ਨੂੰ ਇੱਕ ਯਾਨੀ ਕਿ ਜਨਰਲ ਟਰਮੀਨੋਲੋਜੀ ਨਾ ਬਣਾਓ, ਜਿਹੜਾ ਚੋਰ ਆ ਉਹ ਚੋਰ ਹੈ, ਜੋ ਵਪਾਰੀ ਹੈ ਉਹ ਵਪਾਰੀ ਹੈ, ਸਾਰੇ ਵਪਾਰੀ ਚੋਰ ਨਹੀਂ ਹੈਗੇ, ਇਸ ਕਰਕੇ ਇਹਨੂੰ ਜਨਰਲ ਤੌਰ ਤੇ ਕਿ ਵਪਾਰੀਆਂ ਦੇ ਨਾਲ ਨਾ ਜੋੜੋ, ਉਹ ਮੈਸੇਜ ਗਲਤ ਜਾਏਗਾ, ਲੇਕਿਨ ਜਿਹੜਾ ਬੰਦਾ ਗੜਬੜ ਕਰ ਰਿਹਾ ਹੈਗਾ ਉਸ ਨੂੰ ਚੁਰਾਹੇ ਦੇ ਵਿੱਚ ਖੜਾ ਕੇ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ, 307 ਦਾ ਕੇਸ ਚੱਲਣਾ ਚਾਹੀਦਾ, ਤੇ ਇਹ ਜਿਹੜੇ ਅਫਸਰਾਂ ਦੀ ਵੱਡੀ ਵੱਡੀ ਫੌਜ ਰੱਖੀ ਹੋਈ ਹੈ ਜਿਹੜੇ ਉਹਨਾਂ ਦੇ ਨਾਲ ਮਿਲੀ ਭੁਗਤ ਦੇ ਵਿੱਚ ਸ਼ਾਮਲ ਨੇ, ਇਹਨਾਂ ਨੂੰ ਵੀ ਉਸਦੇ ਬਰਾਬਰ ਦੀ ਜਿਹੜੀ ਉਹ ਸਜ਼ਾ ਜਿਹੜੀ ਹੈ ਉਹ ਦੇਣੀ ਪੜਦੀ ਹੈ, ਇਨਵੋਲਵ ਕਰਨਾ ਚਾਹੀਦਾ ਜੀ। ਬਿਲਕੁਲ ਠੀਕ ਹੈ ਪੱਟੀ ਜੀ, ਪੱਟੀ ਜੀ ਆਪਣਾ ਕਾਨੂੰਨ ਕੀ ਕਮਜ਼ੋਰ ਹੈ ਕਿ ਇਸ ਮਾਮਲੇ ਦੇ ਵਿੱਚ? ਜਗਮੋਹਨ ਜੀ, ਆਪਣਾ ਕਾਨੂੰਨ ਵੀ ਕਮਜ਼ੋਰ ਹੈ, ਸਿਸਟਮ ਵੀ ਕਮਜ਼ੋਰ ਹੈ, ਲੋਕਾਂ ਦੀ ਜਿਹੜੀ ਵਿਲ ਪਾਵਰ ਹੈ, ਲੋਕ ਸ਼ਕਤੀ ਜਿਹੜੀ ਹੈ ਉਹ ਬਲਵਾਨ ਹੈ। ਉਹ ਕਿਸ ਤਰ੍ਹਾਂ ਬਲਵਾਨ ਹੈ, ਅੱਜ ਦੇ ਤਰੀਕ ਦੇ ਵਿੱਚ ਤਿਆਰ ਸ਼ੁਰੂ ਹੋ ਚੁੱਕੇ ਨੇ, ਤਕਰੀਬਨ 15-20 ਦਿਨ ਪਹਿਲੇ ਸ਼ੁਰੂ ਹੋ ਗਏ ਸੀ। ਔਰ ਜੇ ਤੁਸੀਂ ਇਹ ਦੇਖੋ, ਇਹਨਾਂ ਤਿਉਹਾਰਾਂ ਦੇ ਵਿੱਚ ਮਠਿਆਈਆਂ ਦਾ ਬਿਲਕੁਲ ਲੈਣ ਦੇਣ ਨਾ ਕੀਤਾ ਜਾਏ, ਲੋਕ ਸ਼ਕਤੀ ਜਿਹੜੀ ਆਪਣੀ ਪ੍ਰਬਲਤਾ ਦਿਖਾਏ ਵੀ ਅਸੀਂ ਇਹਨਾਂ 2 ਮਹੀਨਿਆਂ ਦੇ ਵਿੱਚ ਕੋਈ ਵੀ ਮਠਿਆਈ ਨਹੀਂ ਖਰੀਦਣੀ, ਆਪਣੇ ਕਿਸੇ ਮਿੱਤਰ ਪਿਆਰੇ ਨੂੰ ਆਪਣੇ ਹੱਥਾਂ ਨਾਲ ਜ਼ਹਿਰ ਨਹੀਂ ਪਰੋਸਣਾ, ਤਾਂ ਇਹ ਇੱਕ ਬੜੀ ਵੱਡੀ ਕਾਰਵਾਈ ਹੋਏਗੀ। ਵਿਭਾਗ ਨੇ, ਸਰਕਾਰ ਨੇ ਜੋ ਪਿਛਲੇ 40 ਸਾਲਾਂ ਹੀ ਖੇਤ ਫਾ ਉਡਾਈ ਹੈ ਉਹ ਸਾਰੀ ਦੁਨੀਆ ਨੂੰ ਪਤਾ ਹੈ, ਔਰ ਇਹਨਾਂ ਨੇ ਕੱਖ ਨਹੀਂ ਕਰਨਾ ਕਰਾਉਣਾ, ਔਰ ਇਹ ਸਿਰਫ ਇੱਕ ਸਾਧਨ ਬਣ ਗਏ ਨੇ, ਜਿਵੇਂ ਸਾਰੇ ਵੀਰਾਂ ਨੇ ਇਹ ਗੱਲ ਕਹੀ ਹੈ ਔਰ ਸਾਡੀ ਭੈਣ ਨੇ ਵੀ ਇਹ ਗੱਲ ਕਹੀ ਹੈ ਵੀ ਇਹਦੇ ਵਿੱਚ ਜੋ ਵੀ ਕੰਮ ਹੈ, ਲੋਕਾਂ ਦੀ ਅਵੇਅਰਨੈਸ ਜਿਹੜੀ ਹੈ ਉਹ ਜ਼ਿਆਦਾ ਜ਼ਰੂਰੀ ਹੈ, ਇਹ ਹੋਣੀ ਜ਼ਿਆਦਾ ਜ਼ਰੂਰੀ ਹੈ।
ਅਗਰ ਜੇ ਮੈਂ ਇਹ ਕਹਾਂ, ਮੈਂ ਪਿਛਲੇ  14-15 ਸਾਲ ਤੋਂ ਆਪਣੇ ਕਿਸੇ ਮਿੱਤਰ ਪਿਆਰੇ ਨੂੰ ਤਿਉਹਾਰਾਂ ਦੇ ਵਿੱਚ ਕਦੀ ਵੀ ਮਿਠਾਈ ਨਹੀਂ ਦਿੱਤੀ ਗਿਫਟ, ਤਾਂ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ। ਔਰ ਮੈਨੂੰ ਵੇਖ ਵੇਖ ਕੇ ਕਈ ਲੋਕਾਂ ਨੇ ਇਸ ਚੀਜ਼ ਨੂੰ ਅਪਣਾਇਆ ਔਰ ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਮਿੱਤਰ ਪਿਆਰਿਆਂ ਨੂੰ ਆਪਣੇ ਹੱਥੀਂ ਮਿੱਠਾ ਜ਼ਹਿਰ ਨਹੀਂ ਖਵਾ ਸਕਦੇ, ਨਹੀਂ ਪਰੋਸ ਸਕਦੇ। ਇਹ ਇੱਕ ਲੋਕ ਸ਼ਕਤੀ ਜਿਹੜੀ ਹੈ ਇਹ ਦਿਖਾਵਾ ਕਰੇ। ਦੂਜੀ ਚੀਜ਼ ਇਹ ਹੈ, ਹਾਂਜੀ, ਦੂਜੀ ਚੀਜ਼ ਇਹ ਹੈ, ਜਿਹੜੇ ਲੋਕ ਇਸ ਮਿਲਾਵਟੀ ਕਾਰੋਬਾਰ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਇਸ ਕਾਰੋਬਾਰ ਤੋਂ ਬਿਲਕੁਲ ਲਈ ਸਦਾ ਲਈ ਜਿਹੜਾ ਉਹਨਾਂ ਨੂੰ ਤਲਾਈਦੀ ਦੇ ਦਿੱਤੀ ਜਾਏ ਵੀ ਉਹ ਇਹ ਕੰਮ ਨਹੀਂ ਕਰਨਗੇ। ਗੱਲ ਸਹੀ ਹੈ, ਉਹਨਾਂ ਦਾ ਲਾਇਸੈਂਸ ਜਿਹੜਾ ਲਾਇਸੈਂਸ ਦਿੱਤਾ ਜਾਏ ਇੱਕ ਵਾਰ ਕੁਛ ਨਹੀਂ ਹੋਗਾ। ਪੱਟੀ ਸਾਹਿਬ, ਇਹ ਬੜਾ ਚੰਗਾ ਪੁਆਇੰਟ ਤੁਹਾਡਾ ਕਿ ਪਰਮਾਨੈਂਟਲੀ ਬਸ ਉਹਨਾਂ ਨੂੰ ਧੰਦੇ ਤੋਂ ਹੀ ਬਾਹਰ ਕੱਢ ਦੇਣਾ ਚਾਹੀਦਾ, ਕਿਉਂਕਿ ਅੱਜ ਅਗਰ ਬਚ ਕੇ ਆਏਗਾ ਕੱਲ੍ਹ ਨੂੰ ਮੁੜ ਤੋਂ ਦੁਬਾਰਾ ਕੰਮ ਕਰੇਗਾ। ਅੱਜ ਰਿਸ਼ਵਤ ਦੇ ਕੇ ਉਹਨੇ ਅਗਰ ਕੰਮ ਚਲਾ ਲਿਆ, ਆਦਤ ਪੈ ਜਾਣੀ ਉਹਨੂੰ ਕਿ ਹਰ ਵਾਰ ਅਜਿਹਾ ਕੰਮ ਕਰੋ, ਰਿਸ਼ਵਤ ਦਿਓ ਤੇ ਕੰਮ ਸ਼ੁਰੂ ਕਰ ਦਿਓ। ਪਰ ਵੱਡੇ ਕਾਨੂੰਨ ਬਣਾਉਣ ਦੀ ਲੋੜ ਹੈਗੀ ਹੈ ਨਰੇਸ਼ ਜੀ। ਕੇਂਦਰ 'ਚ ਭਾਜਪਾ ਦੀ ਹਕੂਮਤ ਹੈ, ਤੁਹਾਡੀ ਹਕੂਮਤ ਹੈ, ਕਿੱਦਾਂ ਕਿੱਦਾਂ ਬਣਾਓਗੇ? ਵੱਡਾ ਚੈਲੇਂਜ ਹੈ ਇੱਥੇ। ਇੱਕ ਚੀਜ਼ ਹੋਰ ਵੀ ਮੈਂ ਕਹਿਣੀ ਚਾਹਾਂਗਾ, ਜਿਹੜੇ ਅਫਸਰ ਇਸ ਚੀਜ਼ ਦੇ ਵਿੱਚ ਗਲਤਾਨ ਨੇ ਔਰ ਇਸ ਚਿੱਕੜ ਦੇ ਵਿੱਚ ਫਸੇ ਹੋਏ ਨੇ, ਉਹਨਾਂ ਦੇ ਉੱਤੇ ਸਰਕਾਰ ਕੋਈ ਵੱਡੀ ਕਾਰਵਾਈ ਕਰਨ ਦਾ ਇੱਕ ਯਤਨ ਉਪਰਾਲਾ ਕਰੇ ਤਾਂ ਇਹ ਸਭ ਤੋਂ ਵੱਡੀ ਮਿਹਰਬਾਨੀ ਹੋਏਗੀ ਪੰਜਾਬ ਦੇ ਲੋਕਾਂ ਲਈ। ਉਹ ਤਾਂ ਗੌਤਮ ਸੇਠ ਜੀ ਦੱਸਣਗੇ ਹੁਣ ਇਹਨਾਂ ਦਾ ਵਿਭਾਗ ਜਿਹੜਾ ਸਰਕਾਰ ਕੀ ਕਰੇਗੀ, ਕਿੰਨੇ ਕੁ ਦੇ ਉੱਪਰ ਕਾਰਵਾਈ ਕਰੇਗੀ। ਪਹਿਲਾਂ ਨਰੇਸ਼ ਜੀ ਦਾ ਪੁਆਇੰਟ ਲੈ ਲਈਏ। ਮੈਂ ਇਹਨਾਂ ਨਾਲ ਸਹਿਮਤ ਹਾਂ ਜੀ, ਮੈਂ ਡਾਕਟਰ ਸਾਹਿਬ ਦੇ ਤੇ ਵਕੀਲ ਸਾਹਿਬ ਦੇ ਦੋਨਾਂ ਦੇ ਪੁਆਇੰਟ ਨਾਲ ਬਿਲਕੁਲ ਸਹਿਮਤ ਹਾਂ ਜੀ ਇਸ ਗੱਲ ਤੇ। ਜਿੰਦੇ ਜੀ ਤੁਸੀਂ ਬਚਦੇ ਹੋ ਤੁਸੀਂ ਸਾਰੇ ਸਹਿਮਤ ਹੀ ਹੁੰਦੇ ਹੋ, ਕਿਉਂਕਿ ਇਹਦੇ 'ਚ ਘਿਰਦੇ ਨਹੀਂ ਨਾ, ਜਿਹੜੇ ਜਿਹੜੇ ਪਾਸੇ ਬਚ ਰਹੇ ਹੁੰਦੇ ਹੋ ਉੱਥੇ ਤੁਸੀਂ ਸਹਿਮਤ ਹੋ ਜਾਂਦੇ ਹੋ, ਪਰ ਆਪਣੇ ਆਪਣੇ ਜਿਹੜੇ ਕੰਮ ਕਰਵਾਉਣੇ ਹੋ ਉੱਥੇ ਤੁਸੀਂ ਸਹਿਮਤ ਨਹੀਂ ਹੁੰਦੇ। ਸਹਿਮਤ ਹੋ ਜਾਣਾ ਜੀ, ਕਿਉਂ ਸਹਿਮਤ ਹੋ ਜਾਣਾ ਜੀ? ਮੈਂ ਵੀ ਉਹ ਮਿਠਾਈ ਖਾਣਾ, ਤੁਸੀਂ ਵੀ ਉਹ ਮਿਠਾਈ ਖਾਂਦੇ ਹੋ। ਮੈਂ ਤਾਂ ਖਾਂਦਾ ਨਹੀਂ, ਮਿਠਾਈ ਖਾਣੀ ਛੱਡੀ ਹੋਈ ਹੈ, ਮਿਠਾਈ ਖਾਣੀ ਛੱਡੀ ਹੋਈ ਹੈ, ਤੁਸੀਂ ਪਤਾ ਨਹੀਂ ਕਿਹੜੀ ਖਾ ਰਹੇ ਹੋ। ਨਹੀਂ ਗੌਤਮ ਜੀ, ਅਸੀਂ ਤਾਂ ਖਾਣੀ ਛੱਡੀ ਹੋਈ ਹੈ, ਲੋਕਾਂ ਨੂੰ ਰਿਕੁਐਸਟ ਕਰਨਾ ਸਾਨੂੰ ਭਰੋਸਾ ਹੀ ਨਹੀਂ ਹੈਗਾ। ਕਰਪਸ਼ਨ ਇੰਨੀ ਜ਼ਿਆਦਾ ਹੈਗੀ ਹੈ, ਪਤਾ ਨਹੀਂ ਕਿਹੜੀ ਦੁਕਾਨ ਤੋਂ ਕੀ ਕਿਹੜਾ ਜ਼ਹਿਰ ਆਪਾਂ ਲੈ ਆਈਏ ਜਾਂ ਖਾਣੀ ਛੱਡੀ ਹੋਈ ਹੈ। ਨਰੇਸ਼ ਜੀ ਇੱਕ ਸਟਰੋਂਗ ਲਾਅ ਦੀ ਜ਼ਰੂਰਤ ਹੈਗੀ ਹੈ। ਇੱਕ ਮਿੰਟ ਆ ਰਿਹਾ ਗੌਤਮ ਜੀ ਤੁਹਾਡੇ ਕੋਲ ਆ ਰਿਹਾ ਗੌਤਮ ਜੀ, ਸਟਰੋਂਗ ਲਾਅ ਦੀ ਲੋੜ ਹੈ। ਨਰੇਸ਼ ਜੀ, ਗੌਰਵ, ਹਾਂਜੀ ਗੌਰਵ ਜੀ, ਜੋ ਲਾਅ ਹੈਗਾ ਉਹ ਤਾਂ ਹੈਗਾ ਹੀ ਹੈ, ਕਾਨੂੰਨ ਬਣਾਉਣ ਨਾਲ ਕਦੀ ਕ੍ਰਾਈਮ ਘੱਟ ਨਹੀਂ ਹੁੰਦਾ। ਕਾਨੂੰਨ 376 ਵੀ ਬਣਾਇਆ ਹੋਇਆ, 307 ਵੀ ਬਣਾਇਆ ਹੋਇਆ, 498 ਵੀ ਬਣਾਇਆ ਹੋਇਆ, ਨਾ ਮਰਡਰ ਰੁਕ ਰਹੇ ਹੈ, ਨਾ ਰੇਪ ਰੁਕ ਰਹੇ ਹੈ, ਨਾ ਦਾਜ ਦੇ ਇੱਦਾਂ ਦੇ ਕੇਸ ਰੁਕ ਰਹੇ ਹੈ। ਫਿਰ ਕੀ ਕਰੀਏ ਸਾਨੂੰ ਇਹ ਦੁਕਾਨਾਂ ਵਾਸਤੇ? ਜਿਸ ਮੈਂ ਉਹੀ ਬੇਨਤੀ ਕਰਨਾ ਗੌਰਵ ਜੀ, ਜੇ ਤੁਸੀਂ ਮੇਰੀ ਸਲਾਹ ਮੰਗੀ ਹੈ ਤੇ ਜਿਹੜੀ ਇਹ ਦੁਕਾਨਾਂ ਦੇਖੋ, ਹੁਣੇ ਜਿਹੜੀ ਵੱਡੀ ਕੰਪਨੀਆਂ ਵੇਰਕਾ, ਵੀਟਾ, ਅਮੂਲ ਵਰਗੀਆਂ ਜਿਹੜੀ ਇਹ ਗ੍ਰੇਡਿੰਗ ਨਾਲ ਆਪਣਾ ਬਣਾਉਂਦੇ ਹੈ, ਕਾਨੂੰਨ ਦੇ ਹਿਸਾਬ ਨਾਲ ਆਪਣਾ ਸਮਾਨ ਬਣਾ ਰਹੇ ਹੈ, ਜ਼ਿਆਦਾਤਰ ਇਹਨਾਂ ਕੰਪਨੀਆਂ ਦਾ ਸਮਾਨ ਠੀਕ ਰਹਿੰਦਾ ਕਿਉਂਕਿ ਇਹਨਾਂ ਦੇ ਚੈੱਕ ਪੁਆਇੰਟ ਰਹਿੰਦੇ ਆ, ਇਹਨਾਂ ਦੇ ਆਪਣੇ ਵੀ ਚੈੱਕ ਪੁਆਇੰਟ ਰਹਿੰਦੇ, ਇਹਨਾਂ ਨੂੰ ਡਰ ਰਹਿੰਦਾ ਆਪਣੇ ਲਾਇਸੈਂਸ ਦਾ। ਤੇ ਸਰਕਾਰ ਦੁਕਾਨਾਂ ਦੇ ਲਾਇਸੈਂਸ ਐਡਵਾਈਜ਼ਰੀ ਜਾਰੀ ਕਰੇ, ਜੇ ਉਹਦੇ ਤੇ ਨਜ਼ਰ ਰੱਖੀ ਜਾ ਸਕੇ, ਉਹਦੀ ਅਵੇਅਰਨੈਸ ਵੀ ਹੋ ਸਕੇ ਲੋਕਾਂ ਨੂੰ, ਤਾਂ ਉਹਦੇ 'ਚ ਲੋਕ ਵੀ ਪਾਰਟੀਸਪੇਟ ਕਰ ਸਕਦੇ ਆ ਉਹਨੂੰ ਕੰਟਰੋਲ ਕਰਨ ਵਾਸਤੇ, ਅਤੇ ਸਰਕਾਰ ਨੂੰ ਵੀ ਈਜ਼ੀ ਰਹੇਗਾ। ਦੂਜੀ ਹੈਗੀ ਸੈਂਟਰ ਦੀ ਗੱਲ, ਜਿਹੜੀ ਗੱਲ ਤੁਹਾਡੇ ਨਾਲ ਅਸੀਂ ਗੱਲ ਕੀਤੀ ਹੈ, ਇਹ ਗੱਲ ਕਿਤੇ ਨਾ ਕਿਤੇ ਸਾਡੀ ਪਾਰਟੀ 'ਚ ਵੀ ਚੱਲੀ ਹੈ, ਸਾਡੀ ਟੀਮ 'ਚ ਵੀ ਚੱਲੀ ਹੈ, ਛੋਟੀ ਟੀਮ 'ਚ ਵੀ ਚੱਲੀ ਹੈ, ਅਤੇ ਉੱਥੋਂ ਹੀ ਇਹ ਗੱਲ ਨਿਕਲ ਕੇ ਆਈ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਬਿਲਕੁਲ ਠੀਕ।
ਪਾਰਟੀ ਤੁਹਾਡੀ ਚੱਲੀ ਹੈ ਤਾਂ ਚੰਗੀ ਗੱਲ ਹੈ, ਪਾਰਟੀ ਤੁਹਾਡੀ ਹਕੂਮਤ ਦੇ ਵਿੱਚ ਹੈਗੀ ਹੈ। ਗੌਤਮ ਜੀ, ਹੁਣ ਸਵਾਲ ਇਹ ਹੈ ਕਿ ਅਗਰ ਪੰਜਾਬ 'ਚ ਬੈਠੇ ਹੈ, ਤੁਹਾਡੀ ਪਾਰਟੀ ਦੀ ਹਕੂਮਤ ਹੈਗੀ ਹੈ, ਕਿੰਨੇ ਸੰਜੀਦਾ ਹੈਗੇ ਹੋ ਤੁਸੀਂ ਤੇ ਤੁਹਾਡੀ ਪਾਰਟੀ? ਕਿਸ ਲੈਵਲ ਦੇ ਉੱਪਰ ਤੁਸੀਂ ਚੈਕਿੰਗ ਕਰ ਰਹੇ ਹੋ ਤੇ ਰੇਡਾਂ ਕਰਵਾ ਰਹੇ ਹੋ? ਰੇਡਾਂ ਕਿਹੜੀਆਂ ਹੈ, ਕਿੰਨੀ ਸੰਜੀਦਗੀ ਦੇ ਨਾਲ ਹੈ, ਕਿਹੜੇ ਓਨੈਸਟ ਅਫਸਰ ਕਿੰਨੀ ਓਨੈਸਟੀ ਦੇ ਨਾਲ ਕੰਮ ਕਰ ਰਹੇ? ਸਭ ਤੋਂ ਵੱਡਾ ਸਵਾਲ ਹੈ, ਉੱਥੇ ਜਾ ਕੇ ਆਪਣੀ ਸੈਟਿੰਗ ਤਾਂ ਨਹੀਂ ਕਰਕੇ ਆ ਜਾਂਦੇ? ਸਵਾਲ ਤਾਂ ਇਹ ਵੀ ਹੈਗਾ। ਸੁਣੋ ਜੀ, ਬਿਲਕੁਲ ਤੁਸੀਂ ਕਹਿ ਰਹੇ ਹੋ ਜੀ ਅਫਸਰ, ਇਹ ਤੇ ਬਿਲਕੁਲ ਠੀਕ ਹੈ ਜੀ ਗੱਲ, ਅਫਸਰਾਂ ਦੇ ਉੱਤੇ ਡਿਪੈਂਡ ਹੁੰਦੀ ਹੈ ਇਹ ਚੀਜ਼। ਬਿਲਕੁਲ ਜਿਹੜਾ ਅਫਸਰ ਇਹ ਮਾੜਾ ਕੰਮ ਕਰਦੇ ਆ ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ ਜੀ। ਦੂਜੀ ਚੀਜ਼ ਇਹ ਆ, ਮੈਂ ਤੁਹਾਨੂੰ ਵੈਸੇ ਇੱਕ ਡਾਟਾ ਦੱਸ ਦਿੰਦਾ, 2.5 ਸਾਲਾਂ ਦਾ ਡਾਟਾ ਮੈਂ ਆਪਣਾ ਦੱਸ ਦਿੰਦਾ ਤੇ ਐਂਡਲੇ 5 ਸਾਲਾਂ ਦਾ ਡਾਟਾ ਮੈਂ ਇਹਨਾਂ ਦਾ ਦੱਸ ਦਿੰਦਾ ਵਾ। 25-30% ਜਿਹੜਾ ਵਾ ਅਕਾਲੀ ਦਲ ਬੀਜੇਪੀ ਸਰਕਾਰ ਦੇ ਵਿੱਚ ਜਿਹੜੇ ਆ ਸੈਂਪਲ ਫੇਲ ਹੋਏ ਆ ਜੀ, 50-55% 2.5 ਸਾਲਾਂ ਦੇ ਵਿੱਚ ਫੇਲ ਹੋਏ ਆ ਜੀ। ਇਹ ਡਾਟਾ ਜਿਹੜਾ ਸਰਕਾਰ ਦਾ, ਹਾਲੇ ਕਿ 2.5 ਸਾਲਾਂ ਦੇ ਵਿੱਚ ਸਾਡੇ 50-55% ਸੈਂਪਲ ਫੇਲ ਹੈ। ਇਹਦਾ ਮਤਲਬ ਸਰਕਾਰ ਆਪਣਾ ਕੰਮ ਕਰ ਰਹੀ ਹੈ ਜੀ। ਤੁਸੀਂ ਇਹਦਾ ਡਾਟਾ ਜਿਹੜਾ ਚੈੱਕ ਵੀ ਕਰਾ ਸਕਦੇ। ਮੈਂ ਪੁੱਛਣਾ ਚਾਹੂੰਗਾ ਇਹਨਾਂ ਤੋਂ, ਡਾਕਟਰ ਸਾਹਿਬ, 50% ਜਿਹੜਾ ਇਹ ਕਹਿ ਰਹੇ ਨੇ ਉਹਦੇ ਨਾਲ ਇਹ ਸੰਤੁਸ਼ਟ ਨੇ? 50-55% ਤੁਸੀਂ DHO ਨੂੰ ਕੰਪਲੇਂਟ ਕਰੋ, ਇਸ ਚੀਜ਼ ਦੀ ਕੋਈ ਵੀ ਹੈ ਕੰਪਲੇਂਟ ਕਰੋ, ਇਹਦਾ ਹੱਲ ਨਾ ਹੋਏ ਉਹਦੇ ਜ਼ਿੰਮੇਵਾਰ ਆ ਸਰਕਾਰ, ਉਹਦੀ ਜ਼ਿੰਮੇਵਾਰ। ਦੂਜਾ ਇੱਕ ਸਵਾਲ ਇਹ ਹੈਗਾ, ਤੁਸੀਂ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦੇ ਹੋ ਤੁਸੀਂ? ਜੀ ਕੇਸ ਜੀ ਤੁਹਾਡੇ ਫੜੇ ਗਏ ਨੇ, ਉਹਨਾਂ ਦਾ ਕੀ ਤੁਹਾਡੇ ਕੋਲ ਡਾਟਾ ਹੈਗਾ, ਉਹਨਾਂ ਦੀ ਸਜ਼ਾ ਕੀ ਹੋਈ ਹੈ? ਉਹਨਾਂ ਦਾ ਕੇਸ ਚੱਲ ਰਿਹਾ ਜੀ, ਉਹਨਾਂ ਦਾ ਉਹਨਾਂ ਦੀ ਅਜੇ ਉਹਨਾਂ ਦੇ ਜਿਹੜੇ ਸਾਰੇ ਡਾਟੇ ਆ, ਉਹਨਾਂ ਨੇ ਸਿਰਫ ਆਹ ਡਾਟਾ ਦਿੱਤਾ ਕਿ 50-55% ਜਿਹੜੇ ਆ ਸਾਡੀ ਸਰਕਾਰ ਦੇ ਵਿੱਚ। ਅਸੀਂ ਪਤਾ ਕਰ ਲਾਂਗੇ, ਕੋਈ ਇੱਕ ਕੇਸ ਹੈ ਜਿਹੜਾ ਕਿ ਜਿਹਦੇ ਚ ਸਜ਼ਾ ਹੋਈ ਹੈ? ਦੱਸੋ ਗੌਤਮ ਜੀ, ਕੋਈ ਅਜਿਹਾ ਕੇਸ ਤੁਸੀਂ ਦੱਸ ਸਕਦੇ ਹੋ? ਮੈਂ ਦੱਸਿਆ ਜੀ ਗੁਰਦਾਸਪੁਰ ਦੀ ਇਹਦੀ ਦਵਾਈ ਅਸੀਂ ਵੀ ਪਤਾ ਕਰੀਏ, ਉਹ ਸੀਲ ਹੋਈ ਹੈ, ਉਹ ਸੀਲ ਹੋਈ ਹੈ ਜੀ ਗੁਰਦਾਸਪੁਰ ਪਨੀਰ ਦੀ ਫੈਕਟਰੀ ਜਿਹੜੀ ਸੀਲ ਹੋਈ ਹੈ ਜੀ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਸੌਸ ਬਣਾਉਣ ਦੀ ਫੈਕਟਰੀ ਸੀ ਜੀ, ਜਿਹੜੇ ਕੈਨੀਆ ਦੇ ਸੌਸ ਬਣਾਉਂਦੇ ਸੀ ਉਹ ਵੀ ਸੀਲ ਹੋਈ ਹੈ ਜੀ। ਚਲੋ ਤੁਸੀਂ ਦਰਸ਼ਕਾਂ ਦੀ ਗੱਲ ਕੀਤੀ, ਦਰਸ਼ਕ ਜੁੜ ਗਏ, ਰਜੇਸ਼ ਕੁਮਾਰ ਜੁੜ ਗਏ ਨੇ, ਰਜੇਸ਼ ਜੀ ਆਵਾਜ਼ ਮਿਲ ਪਾ ਰਹੀ ਹੈ ਜੀ? ਮਿਲ ਰਹੀ ਹੈ ਜੀ, ਮਿਲ ਰਹੀ ਹੈ। ਹਾਂਜੀ ਰਜੇਸ਼ ਜੀ, ਕੀ ਕਹਿਣਾ ਚਾਹ ਰਹੇ, ਕਿੱਥੋਂ ਬੋਲ ਰਹੇ ਹੋ? ਗੌਰਵ ਜੀ, ਅਸੀਂ ਮਾਨਸਾ ਜ਼ਿਲ੍ਹੇ ਦੇ ਬੁਲਾਡਾ ਕਸਬੇ ਤੋਂ ਬੋਲਦੇ ਹਾਂ। ਹਾਂਜੀ ਹਾਂਜੀ ਗੌਰਵ ਜੀ, ਤੁਹਾਨੂੰ ਦੱਸਣਾ ਚਾਹਾਂਗਾ ਵੀ ਜਿੰਨੇ ਵੀ ਇੱਥੇ ਮੂਰਤੀਆਂ ਬੈਠੀਆਂ ਨੇ, ਕਿਸੇ ਨੂੰ ਵੀ ਇਸ ਸੱਚਾਈ ਦਾ ਨਹੀਂ ਪਤਾ ਵੀ ਇਹ ਪੰਜਾਬ ਦੇ ਵਿੱਚ ਜਿਹੜੀ ਮਿਲਾਵਟਖੋਰੀ ਹੋ ਰਹੀ ਹੈ ਕਿੱਥੋਂ ਹੋ ਰਹੀ ਹੈ। ਹਾਂ ਗੌਰਵ ਜੀ, ਤੁਹਾਨੂੰ ਦੱਸਣਾ ਚਾਹਾਂਗਾ ਕਿ ਮਾਨਸਾ ਦੇ ਨਾਲ ਜਿਸ ਤਰ੍ਹਾਂ ਰਤੀਆ, ਤੁਹਾਨਾ, ਫਤਿਹਾਬਾਦ, ਹਰਿਆਣੇ ਦੇ ਇਲਾਕੇ ਲੱਗਦੇ ਨੇ, ਇਹ ਜਿੰਨਾ ਵੀ ਗੰਦ ਮਿਲਾਵਟ ਦਾ ਆਉਂਦਾ ਉੱਥੋਂ ਆਉਂਦਾ। ਓਕੇ, ਜਿਹੜਾ ਆਹ ਜਿਹੜੀ ਤੁਸੀਂ ਮਾਨਸਾ ਦੀ ਖਬਰ ਚਲਾ ਰਹੇ ਹੋ, ਜਿਹੜਾ ਇਹਦੇ ਵਿੱਚ ਘਿਓ ਫੜਿਆ ਗਿਆ ਉਹ ਸਾਰਾ ਹਿਸਾਰ ਤੋਂ ਬਣਿਆ। ਓਕੇ, ਪਰ ਨਾਲ ਹੀ ਜਿਹੜੀ ਤੁਹਾਨੂੰ ਇੱਕ ਵੱਡੀ ਗੱਲ ਅਸੀਂ ਦੱਸਣਾ ਚਾਹਾਂਗੇ ਵੀ ਜਿੰਨੇ ਵੀ ਹਰਿਆਣੇ ਦੇ ਰਾਜਨੀਤਿਕ ਨੇ ਵੱਡੇ ਵੱਡੇ, ਜਿਹਨੂੰ ਅਸੀਂ ਕਹਿ ਸਕਦੇ ਵੀ ਟੌਪ ਜਿਹੜੀ ਰਾਜਨੀਤੀ ਹੈ, ਉਹਨਾਂ ਦੇ PA ਜਾਂ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਹੈਗੇ ਨੇ ਉਹ ਇਹ ਡੁਪਲੀਕੇਟ ਘਿਓ ਬਣਾ ਰਹੇ ਨੇ। ਇਸੇ ਕਰਕੇ ਹੀ ਇਹਨਾਂ ਦੇ ਜਿਹੜੇ ਸੈਂਪਲ ਭਰੇ ਜਾਂਦੇ ਨੇ ਉਹ ਸੈਂਪਲ ਵੀ ਪਾਸ ਹੁੰਦੇ। ਠੀਕ ਹੈ, ਚਲੋ ਜੀ, ਬਹੁਤ ਚੰਗਾ ਕਿਹਾ ਤੁਸੀਂ ਜਾਣੂ ਕਰਵਾਇਆ ਪੰਜਾਬ ਦੇ ਲੋਕਾਂ ਨੂੰ, ਸੋ ਹਰਿਆਣੇ ਦਾ ਵੀ ਪਾਰਟ ਨਾਲ ਜੁੜ ਗਿਆ। ਨਰੇਸ਼ ਜੀ, ਹਕੂਮਤ ਤੁਹਾਡੀ ਹੈਗੀ, ਉੱਥੇ ਵੀ ਕੁਝ ਕਰਵਾ ਦਿਓ ਕਿਉਂਕਿ ਉੱਥੋਂ ਹੀ ਸਾਰਾ ਸਮਾਨ ਬਣ ਕੇ ਪੰਜਾਬ ਨੂੰ ਆ ਰਿਹਾ। ਬਹੁਤ ਬਹੁਤ ਧੰਨਵਾਦ ਰਜੇਸ਼ ਜੀ।
ਚਲੋ ਅਵੇਅਰ ਇੱਕ ਨਾ ਆਪਣੇ ਸਿਟੀਜ਼ਨਸ ਹੈਗੇ ਉਹ ਦੱਸ ਰਹੇ ਨੇ, ਪਰ ਗੱਲ ਇਹ ਹੈ ਕਿ ਉੱਥੇ ਬਣ ਰਿਹਾ ਤਾਂ ਇੱਥੇ ਆ ਰਿਹਾ, ਕੁਛ ਇੱਥੇ ਬਣ ਰਿਹਾ ਉੱਥੇ ਜਾ ਰਿਹਾ, ਪਰ ਇਹ ਚਾਰੋਂ ਪਾਸੇ ਹੋ ਰਿਹਾ। ਇਸ ਨੂੰ ਆਪਾਂ ਰੋਕਣਾ, ਰੋਕਣ ਦੇ ਲਈ ਆਪਾਂ ਗੱਲਬਾਤ ਕਰ ਰਹੇ ਸੀ, ਚਰਚਾ ਕਰ ਰਹੇ ਸੀਗੇ, ਲੋਕਾਂ ਨੂੰ ਅਵੇਅਰ ਕਰ ਰਹੇ ਸੀਗੇ, ਹੁਣ ਲੋਕਾਂ ਦੇ ਹੀ ਕਾਲ ਆ ਰਹੀ ਹੈ। ਅਤੇ ਇਸੇ ਕਰਕੇ ਮੁੱਦੇ ਦੇ ਵਿੱਚ ਅੱਜ ਇੰਨਾ ਹੀ, ਪਰ ਉਮੀਦ ਇਹ ਕਰਦੇ ਹੈ ਕਿ ਸਰਕਾਰ ਜਾਗੇਗੀ, ਪ੍ਰਸ਼ਾਸਨ ਜਾਗੇਗਾ, ਰੇਡਾਂ ਕਰਨਗੇ, ਇਮਾਨਦਾਰੀ ਨਾਲ ਕੰਮ ਕਰਨਗੇ। ਇਜਾਜ਼ਤ ਦਿਓ, ਧੰਨਵਾਦ।